ਅਗਲੀ ਕੰਟੈਸਟੈਂਟ ਬੁਲਾਉਣ ਤੋਂ ਪਹਿਲਾਂ ਮੈਂ ਕੁਝ ਕਹਿਣਾ ਚਾਹਾਂਗੀ। ਉਹਨਾਂ ਦੀ ਮਦਰ ਨੇ ਇੱਕ ਸ਼ਿਕਾਇਤ ਕੀਤੀ ਹੈ ਜੀ ਇਸ ਪ੍ਰੋਗਰਾਮ ਦੇ ਡਾਇਰੈਕਟਰ ਸਾਹਿਬ ਨੂੰ ਕਿ ਉਹਨਾਂ ਨੇ ਇਸ ਮੁਕਾਬਲੇ ਦੀ ਏਜ 40 ਤੱਕ ਰੱਖੀ ਹੈ। ਉਹ ਕਹਿੰਦੇ ਸੀ ਮੈਂ ਵੀ ਪਾਰਟੀਸਪੇਟ ਕਰਨਾ ਚਾਹੁੰਦੀ ਹਾਂ, ਮੇਰੀ ਬੇਟੀ ਕਰ ਰਹੀ ਹੈ ਔਰ ਮੈਂ ਵੀ ਮਿਸਿਜ਼ ਆਰ, ਮੈਂ ਵੀ ਪਾਰਟੀਸਪੇਟ ਕਰਨਾ ਚਾਹੁੰਦੀ ਹਾਂ ਔਰ ਇਹ ਫਰਮਾਇਸ਼ ਉਹਨਾਂ ਨੇ ਕੀਤੀ ਹੈ। ਤੁਸੀਂ ਨੈਕਸਟ ਟਾਈਮ ਏਜ ਲਿਮਿਟ ਥੋੜ੍ਹੀ ਵਧਾ ਦਿਓ ਤਾਂ ਕਿ ਹੋਰ ਵੱਧ ਤੋਂ ਵੱਧ ਲੇਡੀਜ਼ ਪਾਰਟੀਸਪੇਟ ਕਰ ਸਕਣ। ਕਿੱਥੇ ਨੇ ਮਦਰ ਜਿਨ੍ਹਾਂ ਨੇ ਕੀਤੀ? ਹਾਂਜੀ, ਬਬਲੀਨ ਦੇ ਮਦਰ ਮਿਸਿਜ਼ ਰਣਜੀਤ ਕੌਰ ਚਾਹਲ ਨੂੰ ਮੈਂ ਇਨਵਾਈਟ ਕਰਨਾ ਚਾਹਾਂਗੀ। ਤੇ ਮੈਮ ਇੱਕ ਕੰਪਲੀਮੈਂਟਰੀ ਵਾਕ ਤਾਂ ਥੋੜੀ ਬਣਦੀ ਹੈ, ਨੈਕਸਟ ਈਅਰ ਅਸੀਂ ਇਹਦੇ ਜ਼ਰੂਰ ਵਰਕ ਕਰਾਂਗੇ, ਬਟ ਇੱਕ ਵਾਰੀ ਮਿਊਜ਼ਿਕ ਲਾ ਦਿਓ ਕੰਟੈਸਟੈਂਟ ਤੋਂ ਪਹਿਲਾਂ। ਹਾਂਜੀ ਹਾਂਜੀ ਸਰ, ਇਹ ਮੈਨੂੰ ਕਹਿ ਰਹੇ ਸੀ ਕਿ ਮੈਂ ਇੱਥੇ ਡਾਂਸ ਵੀ ਪਰਫਾਰਮ ਕਰਕੇ ਜਾਣਾ, ਮਾਡਲਿੰਗ ਵੀ ਕਰਨੀ, ਜਿਹੜੀਆਂ ਮੁਟਿਆਰਾਂ ਕਰ ਰਹੀਆਂ ਨੇ ਉਹ ਸਾਰੇ ਇਵੈਂਟ ਸਾਰੇ ਰਾਊਂਡ ਮੈਂ ਕਰਨਾ। ਚਲੋ ਅੱਜ ਮੈਮ ਨੂੰ ਅਸੀਂ ਕੰਪਲੀਮੈਂਟਰੀ ਵਾਕ ਤੇ ਇੱਕ ਕੰਪਲੀਮੈਂਟਰੀ ਡਾਂਸ ਰਾਊਂਡ ਦਾ ਮੌਕਾ ਦੇਣੇ ਆ, ਬਟ ਅਸੀਂ ਸ਼ੋਅ ਦੇ ਵਿੱਚ ਨਹੀਂ ਹੈ ਨਾ ਉਹਨੂੰ ਇਨਵੋਲਵ ਕਰੇ, ਬਟ ਵਧੀਆ ਥੋੜ੍ਹੀ ਤਾਂ ਟੈਨਸ਼ਨ ਵਾਲੀ ਗੱਲ ਨਹੀਂ, ਨਾ ਜਿੱਤਣਾ ਨਾ ਹਾਰਨਾ, ਜ਼ੋਰਦਾਰ ਤਾੜੀਆਂ ਸਾਹਮਣੇ ਦੇਖ ਕੇ। ਕਿਆ ਬਾਤ ਹੈ, ਮਾਈਕ ਵੀ ਦੋ ਹੁਣ, ਇੰਟਰੋਡਕਸ਼ਨ ਵੀ ਦੋ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਕੌਰ ਚਹਿਲ, ਮੈਂ ਰੁਪਾਲ ਹੇੜੀ ਪਿੰਡ ਤੋਂ ਬਿਲੋਂਗ ਕਰਦੀ ਹਾਂ, ਡਿਸਟ੍ਰਿਕਟ ਸ੍ਰੀ ਫਤਿਹਗੜ੍ਹ ਸਾਹਿਬ। ਮੇਰਾ ਸ਼ੌਂਕ ਸੀ ਬਹੁਤ ਜ਼ਿਆਦਾ, ਸ਼ੌਂਕ ਹੈ ਹੈ ਵੀ ਮੈਨੂੰ ਬਹੁਤ ਸ਼ੌਂਕ ਉੱਠਿਆ। ਮੈਂ ਕਿਹਾ ਵੀ ਮੈਂ ਇਹਦੇ ਨਾਲ ਜਾਵਾਂਗੀ, ਮੈਂ ਦੇਖਾਂਗੀ, ਮੈਂ ਇਸਨੂੰ ਸਿਖਾਇਆ ਵੀ ਆਪਣੇ ਵੱਲੋਂ ਸਾਰੇ ਸਟੈਪ ਸਿਖਾਏ। ਇੱਕ ਵਾਰ ਜ਼ੋਰਦਾਰ ਤਾੜੀਆਂ ਜੀ। ਮੈਂ ਕਾਲਜ ਲਾਈਫ ਮੇਰੀ ਕਾਲਜ ਲਾਈਫ ਮੇਰੀ ਬਹੁਤ ਅੱਛੀ ਸੀਗੀ, ਮੈਂ ਪਲੇ ਵਿੱਚ ਵੀ ਸੀ, ਮੈਂ ਸਪੋਰਟਸ ਵਿੱਚ ਵੀ ਸੀ ਐਂਡ ਮੈਂ ਗਿੱਧੇ ਵਿੱਚ ਵੀ ਸੀ। ਮੈਂ ਉਸ ਟਾਈਮ ਮੈਨੂੰ ਸ਼ੌਂਕ ਸੀ ਵੀ ਮੈਂ ਕੋਈ ਵੀ ਚੀਜ਼ ਐਸੀ ਛੱਡਾਂ ਨਾ ਜੋ ਮੈਂ ਨਾ ਕਰ ਸਕਾਂ, ਜੇ ਨਹੀਂ ਹੁੰਦਾ ਤਾਂ ਮੈਂ ਚਾਹੇ ਉੱਪਰ ਸੁੱਖ ਸੁੱਖ ਕੇ ਕਰਦੀ, ਚਾਹੇ ਬਾਬਾ ਜੀ ਨੂੰ ਬੇਨਤੀ ਕਰਕੇ ਕਰਦੀ, ਮੈਂ ਇਹਦੇ ਵਿੱਚ ਪਾਰਟੀਸਪੇਟ ਕਰਾਂ ਕਰ ਲੈਂਦੀ ਸੀ। ਲੇਕਿਨ ਮੈਨੂੰ ਬਹੁਤ ਸ਼ੌਂਕ ਸੀ, ਪਰ ਕੋਈ ਜ਼ਿੰਦਗੀ ਦੇ ਐਸੇ ਸਟਰਗਲ ਹੁੰਦੇ ਨੇ ਜੋ ਲਾਈਫ ਮੈਰਿਜ ਲਾਈਫ ਹੋ ਜਾਂਦੀ ਹੈ। ਦੇਖੋ ਲਾਈਫ ਦੇ ਵਿੱਚ ਬਹੁਤ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੈ ਨਾ, ਆਪਾਂ ਨੂੰ ਰੱਬ ਨੇ ਦੋ ਹੱਥ ਦਿੱਤੇ ਨੇ, ਆਪਾਂ ਫਿਜ਼ੀਕਲੀ ਫਿੱਟ ਬਹਿ ਕੇ ਖਾ ਰਹੇ ਹਾਂ ਨਾ, ਦੋ ਟੁਕੜੇ ਰੋਟੀ ਦੇ ਖਾ ਰਹੇ ਹਾਂ, ਆਪਾਂ ਬਹੁਤ ਲੱਕੀ ਹਾਂ। ਠੀਕ ਹੈ ਜੀ, ਜੇ ਤੁਹਾਨੂੰ ਲੱਗਦਾ ਹੈ ਨਾ ਤੁਸੀਂ ਆਪਣੀ ਲਾਈਫ ਤੋਂ ਨਹੀਂ ਸੈਟੀਸਫਾਈਡ, ਪੀਜੀ ਚੱਲ ਜਾਓ, ਐਮਰਜੈਂਸੀ ਵਾਰਡ ਦਾ ਇੱਕ ਗੇੜਾ ਮਾਰ ਲਿਓ ਬਸ, ਤੁਹਾਨੂੰ ਪਤਾ ਚੱਲ ਜਾਊ ਤੁਸੀਂ ਕਿੰਨੇ ਲੱਕੀ ਹੋ। ਨਹੀਂ ਹੁਣ ਮੈਂ ਲੱਕੀ ਹੋ ਗਈ ਜੀ, ਮੇਰੀ ਸੈਕੰਡ ਮੈਰਿਜ ਹੈ। ਹਾਂ, ਸੋ ਠੀਕ ਹੈ, ਮੈਂ ਉਤਾਰ ਚੜਾਵ ਚੱਲਦੇ ਰਹਿੰਦੇ ਨੇ, ਦੁੱਖ ਸੁੱਖ ਹੁੰਦੇ ਰਹਿੰਦੇ ਨੇ, ਇਟਸ ਅ ਪਾਰਟ ਆਫ ਲਾਈਫ, ਵੀ ਹੈਵ ਟੂ ਡੀਲ ਵਿਦ ਇਟ, ਬਟ ਇੱਕ ਆਪਾਂ ਕਹਾਵਤ ਕਹਿੰਦੇ ਹਾਂ ਦ ਸ਼ੋਅ ਮਸਟ ਗੋ ਔਨ, ਲੇਕਿਨ ਸੈਕੰਡ ਮੈਰਿਜ ਵਿੱਚ ਮੈਂ ਸੈਟੀਸਫਾਈ ਹਾਂ। ਚਲੋ ਬਹੁਤ ਵਧੀਆ ਗੱਲ ਹੈ, ਰੱਬ ਤੁਹਾਨੂੰ ਇਦਾਂ ਹੀ ਹੋਰ ਤਰੱਕੀਆਂ ਦੇਵੇ ਤੇ ਮਿਲਦੇ ਆਪਾਂ। ਜੋ ਆਪਣੇ ਸੁਪਨੇ ਮੇਰੇ ਨਹੀਂ ਸੀ ਪੂਰੇ ਹੋਏ, ਮੈਂ ਆਪਣੀ ਬੇਟੀ ਵਿੱਚ ਪੂਰੇ ਹੋਣਾ ਦੇਖਣਾ ਚਾਹੁੰਦੀ ਹਾਂ। ਤੁਹਾਡੀ ਬੇਟੀ ਉਹ ਨੇ ਜਿਹੜੇ ਪਿੱਛੇ ਖੜੇ ਨੇ? ਹਾਂਜੀ, ਬਬਲੀਨ ਕੌਰ। ਮੈਂ ਸੋਚ ਰਹੀ ਹਾਂ ਵੀ ਚਲੋ ਕੋਈ ਮੇਰਾ ਟਾਈਮ ਆਵੇਗਾ, ਜਿਸ ਤਰ੍ਹਾਂ ਮੈਂ ਵੀਡੀਓਜ਼ ਵੇਖਦੀ ਹਾਂ ਨਾ, ਮੈਂ ਇਹ ਵੇਖਦੀ ਹਾਂ ਜਿਸ ਟਾਕਿੰਗ ਜੋਸ ਲੜਕੀਆਂ ਕਿੰਨੇ ਸੰਘਰਸ਼ ਚੋਂ ਨਿਕਲ ਜਾਣੇ, ਕਿੱਥੇ ਉਹ ਪਹੁੰਚੀਆਂ ਨੇ, ਮੈਂ ਫਿਰ ਸੋਚ ਲੈਂਦੀ ਵੀ ਮੈਂ ਇੱਥੇ ਕਿਉਂ ਬੈਠੀ ਹਾਂ। ਚਲੋ ਹੁਣ ਕੀ ਕਰ ਸਕਦੇ, ਹੁਣ ਨਾ ਤੁਹਾਨੂੰ ਜਲਦੀ ਉਹ ਅਸੀਂ ਬੁਲਾਵਾਂਗੇ ਕਿਸੇ ਗਾਣੇ ਦੇ ਵਿੱਚ ਮਦਰ ਦੇ ਰੋਲ ਲਈ ਤੇਰੀ, ਪੱਕਾ। ਠੀਕ ਹੈ, ਮੈਂ ਪਲੇ ਵਿੱਚ ਕਰਕੇ ਹੈ। ਬਸ ਡਨ, ਤੁਸੀਂ ਆ, ਤੁਹਾਡਾ ਰੋਲ ਪੱਕਾ ਹੋ ਗਿਆ, ਹੁਣ ਤੁਸੀਂ ਇੱਕ ਮਾਂ ਦਾ ਰੋਲ ਤੁਹਾਨੂੰ ਪੱਕਾ ਮਿਲੂਗਾ ਆਉਣ ਵਾਲੇ ਕੁਝ ਟਾਈਮ ਦੇ ਵਿੱਚ। ਮੇਰੀ ਇੱਛਾ ਜੀ, ਡਨ, ਮੈਂ ਪਲੇ ਵਿੱਚ ਕਰ, ਇੱਛਾ ਪੂਰੀ। ਹੁਣ ਆਪਾਂ ਮਿਲਾਂਗੇ ਟੈਲੈਂਟ ਰਾਊਂਡ ਦੇ ਵਿੱਚ ਤੇ ਤੁਸੀਂ ਬੇਟੀ ਨੂੰ ਸਿਖਾਇਆ ਨਾ, ਹੁਣ ਤੁਸੀਂ ਘੁੰਮ ਕੇ ਇੱਧਰ ਨੂੰ ਆ ਜਾਓ ਤੇ ਜੱਜ ਕਰਨਾ, ਬਾਅਦ ਚ ਤੁਸੀਂ ਦੱਸਣਾ ਕੀ ਗਲਤ ਕੀਤਾ ਕੀ ਸਹੀ ਕੀਤਾ, ਆ ਜਾਓ। ਠੀਕ ਹੈ ਜੀ, ਇੱਧਰ ਨੂੰ ਆ ਜਾਓ। ਜਿਵੇਂ ਮਿਸਿਜ਼ ਰਣਜੀਤ ਕੌਰ ਨੇ ਕਿਹਾ ਹੈ ਕਿ ਮੈਂ ਇੱਥੇ ਮੰਚ ਦਾ ਹਿੱਸਾ ਬਣ ਕੇ ਇਸ ਸਟੇਜ 'ਤੇ ਆ ਕੇ ਆਪਣੇ ਆਪ ਨੂੰ ਲੱਕੀ ਮਹਿਸੂਸ ਕਰਦੀ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਲੱਕੀ ਸਮਝਣ ਲੱਗ ਜਾਂਦੇ ਹਾਂ, ਪੋਜ਼ਿਟਿਵ ਫੀਲ ਕਰਦੇ ਹਾਂ, ਤਾਂ ਜ਼ਿੰਦਗੀ ਸਾਨੂੰ ਹੋਰ ਬੜੇ ਮੌਕੇ ਦਿੰਦੀ ਹੈ ਲੱਕੀ ਫੀਲ ਹੋਣ ਦੇ ਲਈ। ਸੋ ਇਹਨਾਂ ਦੇ ਲਈ ਇਹ ਮੰਚ ਇੱਕ ਖੁਸ਼ਕਿਸਮਤ। ਬਬਲੀਨ ਕੌਰ, ਟੈਗ ਨੰਬਰ 808, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ। ਮਿਸਿਜ਼ ਬਬਲੀਨ 808। ਮਾਲਕਿਨ ਇਹ ਮੁਟਿਆਰ, ਆਓ ਜੀ ਗੱਲ ਕਰਦੇ ਹਾਂ। ਬਬਲੀਨ ਕੌਰ, ਸਤਿ ਸ਼੍ਰੀ ਅਕਾਲ ਸਾਰੇ ਜੂਰੀ ਮੈਂਬਰਸ ਨੂੰ। ਮੇਰਾ ਨਾਮ ਬਬਲੀਨ ਕੌਰ ਹੈ ਅਤੇ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੀ ਹਾਂ। ਮੇਰੇ ਸਰਦਾਰ ਸਾਹਿਬ ਦਾ ਨਾਮ ਸਰਦਾਰ ਸੁਖਦੀਪ ਸਿੰਘ ਖਹਿਰਾ ਹੈ ਅਤੇ ਮੇਰੀ ਲਾਈਫ ਦੇ ਦੋ ਹੀ ਇੰਪੋਰਟੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਂਬਰ ਨੇ ਮੇਰੇ ਮਦਰ ਅਤੇ ਮੇਰੇ ਹਸਬੈਂਡ, ਅਤੇ ਦੋਨੋਂ ਮੇਰੇ ਨਾਲ ਨੇ। ਅੱਜ ਤੁਹਾਡੇ ਇੰਟਰਸਟ ਅਤੇ ਹੋਬੀਜ਼ ਕੀ ਨੇ?
ਮੇਰੇ ਇੰਟਰਸਟ, ਮੈਨੂੰ ਬਹੁਤ ਸ਼ੌਂਕ ਆ ਗਿੱਧਾ ਦੇਖਣ ਦਾ, ਭੰਗੜਾ ਪਾਉਣ ਦਾ, ਅਤੇ ਮੈਨੂੰ ਬਹੁਤ ਮਤਲਬ ਪੰਜਾਬੀ ਕਲਚਰ ਦੇ ਵਿੱਚ ਇੰਟਰਸਟ ਆ, ਅਤੇ ਮੈਨੂੰ ਕੁਕਿੰਗ ਦਾ ਬਹੁਤ ਸ਼ੌਂਕ। ਚਲੋ ਜੀ, ਦੱਸੋ ਕੀ ਕਮੀਆਂ ਪੇਸ਼ੀਆਂ ਸੀਗੀਆਂ ਕੀ? ਹਾਂਜੀ, ਇੱਕ ਤਾਂ ਇਹ ਨਾ ਠੀਕ ਹੈ। ਹਾਂਜੀ, ਹਾਂ ਚਲੋ ਬਹੁਤ ਵਧੀਆ। ਅੱਛਾ ਚਲੋ, ਤੁਸੀਂ ਨਾ ਨਾ ਇਹ ਕੰਪਲੀਮੈਂਟਰੀ ਮਾਰਕਸ ਤਾਂ ਇੱਧਰ ਲੱਗਣੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ? ਫਤਿਹਗੜ੍ਹ ਸਾਹਿਬ ਤੋਂ। ਅੱਛਾ, ਫਤਿਹਗੜ੍ਹ ਸਾਹਿਬ ਆਪਾਂ ਬਹੁਤ ਮਸ਼ਹੂਰ ਹੈ ਨਾ, ਬਹੁਤ ਮਸ਼ਹੂਰ ਡਿਸਟ੍ਰਿਕਟ, ਕਾਹਦੇ ਲਈ ਫੇਮਸ ਹੈ ਫਤਿਹਗੜ੍ਹ ਸਾਹਿਬ? ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਲਈ। ਓਕੇ, ਅਤੇ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਇੱਕ ਹਾਊਸ ਵਾਈਫ, ਤੁਸੀਂ ਹਾਊਸ ਵਾਈਫ ਹੋ? ਹਾਂਜੀ। ਇੱਕ ਹਾਊਸ ਵਾਈਫ ਅਤੇ ਵਰਕਿੰਗ ਵੂਮੈਨ ਦੇ ਵਿੱਚੋਂ ਕਿਹਦੀ ਲਾਈਫ ਜ਼ਿਆਦਾ ਟਫ ਆ ਅਤੇ ਕਿਉਂ? ਥੈਂਕ ਯੂ ਫੋਰ ਕੁਐਸਚਨ। ਇੱਕ ਹਾਊਸ ਵਾਈਫ ਆ ਜਿਹੜੀ ਸਵੇਰੇ 10 ਤੋਂ ਲੈ ਕੇ ਸ਼ਾਮੀ 10 ਵਜੇ ਤੱਕ ਘਰੇ ਰਹਿੰਦੀ ਹੈ, ਇੱਕ ਵਰਕਿੰਗ ਵੂਮੈਨ ਹੈ ਸਵੇਰੇ 10 ਵਜੇ ਜਾ ਕੇ ਸ਼ਾਮੀ 5 ਵਜੇ ਆਫਿਸ ਤੋਂ ਕੰਮ ਕਰਕੇ ਆਉਂਦੀ ਹੈ, ਕਿਹਦੀ ਲਾਈਫ ਜ਼ਿਆਦਾ ਟਫ ਹੈ ਅਤੇ ਕਿਉਂ? ਓਕੇ, ਥੈਂਕ ਯੂ। ਐਕਚੁਲੀ ਮੈਨੂੰ ਲੱਗਦਾ ਹੀ ਸੀ ਮੈਨੂੰ ਇੱਦਾਂ ਦੀ ਕੁਐਸਚਨ ਆਉਣਾ, ਮੈਂ ਇਹ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਉਹ ਤਾਂ ਆਨਸਰ ਤੋਂ ਪਤਾ ਚੱਲੂ। ਮੈਨੂੰ ਲੱਗਦਾ ਵੀ ਇੱਕ ਹਾਊਸ ਵਾਈਫ ਨਾਲੋਂ ਹੈ ਨਾ ਇੱਕ ਵਰਕਿੰਗ ਵੂਮੈਨ ਦੀ ਜਿਹੜੀ ਲਾਈਫ ਹੈ ਉਹ ਜ਼ਿਆਦਾ ਡਿਫੀਕਲਟ ਆ, ਕਿਉਂਕਿ ਜਿੱਦਾਂ ਇੱਕ ਵਰਕਿੰਗ ਵੂਮੈਨ ਆ ਉਹ ਸਵੇਰੇ ਆਪਣੇ ਘਰ ਦਾ ਕੰਮ ਸਾਰਾ ਖਤਮ ਕਰਕੇ ਜਾਂਦੀ ਆ, ਦੈਨ ਉਹ ਡਿਊਟੀ 'ਤੇ ਜਾਂਦੀ ਆ, ਉਹਦੇ ਅੱਗੇ ਟਾਸਕ ਹੁੰਦੇ ਨੇ ਕਈ, ਉਹਨੂੰ ਜਿਹੜੇ ਉੱਥੇ ਡਿਊਟੀ 'ਤੇ ਆਪਣੇ ਕੰਮ ਕੰਪਲੀਟ ਕਰਨੇ ਪੈਂਦੇ ਨੇ ਹੈ ਨਾ, ਅਤੇ ਸ਼ਾਮ ਨੂੰ ਫਿਰ ਘਰ ਆਉਂਦੀ ਆ, ਚਾਹੇ ਉਹ ਥੱਕੀ ਹੋਈ ਆ ਜਿੱਦਾਂ ਵੀ ਆ, ਬਟ ਉਹਨੇ ਆਪਣੇ ਘਰ ਦੀ ਰਿਸਪੋਂਸੀਬਿਲਿਟੀਜ਼ ਫੁਲਫਿਲ ਕਰਨੀਆਂ ਨੇ, ਅਤੇ ਜਿਹੜੀ ਹਾਊਸ ਵਾਈਫ ਆ ਉਹ ਵੀ ਸੇਮ ਜ਼ਿਆਦਾ ਡਿਫੀਕਲਟ ਆ ਉਹਦੀ ਵੀ ਜੋਬ, ਕਿਉਂਕਿ ਜਿਹੜੀ ਹਾਊਸ ਵਾਈਫ ਆ ਉਹ ਸਵੇਰੇ ਉੱਠਦੀ ਆ ਸਭ ਦੇ ਲਈ ਆਪਣੀ ਰਿਸਪੋਂਸੀਬਿਲਿਟੀਜ਼ ਕੰਪਲੀਟ ਕਰਦੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਉਹ ਦੁਪਹਿਰ ਟਾਈਮ ਰੈਸਟ ਵੀ ਕਰ ਸਕਦੀ ਆ, ਬਟ ਜਿਹੜੀ ਵਰਕਿੰਗ ਵੂਮੈਨ ਆ ਉਹਨੂੰ ਕੋਈ ਰੈਸਟ ਨਹੀਂ ਮਿਲਦੀ। ਲੰਚ ਬ੍ਰੇਕ ਹੁੰਦੀ ਆ ਘੰਟੇ ਦੀ, ਲੰਚ ਬ੍ਰੇਕ ਹੁੰਦੀ ਆ, ਅਤੇ ਘੰਟੇ ਦੇ ਵਿੱਚ ਆਪਾਂ ਆਪਣੇ ਸ਼ੌਂਕ ਨਹੀਂ ਨਾ ਪੂਰੇ ਕਰ ਸਕਦੇ। ਚਲੋ, ਤੁਹਾਡਾ ਪੁਆਇੰਟ ਵੈਲਿਡ ਹੈ ਨਾ, ਹਰ ਦੀ ਆਪਣੀ ਆਪਣੀ ਦੇਖੋ ਡਿਊਟੀ ਆ। ਹਾਂਜੀ, ਦੇਖੋ ਇੰਗਲਿਸ਼ ਕਹਾਵਤ ਹੈ ਕਿ ਐਵਰੀ ਫਲਾਵਰ ਹੈਜ਼ ਇਟਸ ਓਨ ਫਰੈਗਰੈਂਸ, ਹਰ ਇੱਕ ਫੁੱਲ ਦੀ ਆਪਣੀ ਖੁਸ਼ਬੂ ਹੋ ਜਾਂਦੀ ਹੈ। ਇਹ ਕੁਐਸਚਨ ਹੀ ਬੇਸਿਕਲੀ ਇਹ ਕੰਪੈਰੀਜ਼ਨ ਹੈ ਹੀ ਨਹੀਂ ਨਾ ਦੋਨਾਂ ਦਾ ਕੋਈ, ਬਿਕੋਜ਼ ਉਹ ਦੋਨੋਂ ਫੀਮੇਲ ਨੇ, ਅਤੇ ਇੱਕ ਫੀਮੇਲ ਦੀਆਂ ਰਿਸਪੋਂਸੀਬਿਲਟੀਜ਼ ਨੇ, ਉਹ ਹਾਊਸ ਵਾਈਫ ਦੀਆਂ ਲਾ ਲਓ, ਵਰਕਿੰਗ ਵੂਮੈਨ ਦੀ ਲਾ ਲਓ, ਬਰਾਬਰ ਹੀ ਨੇ ਮੇਰੇ ਹਿਸਾਬ ਦੇ ਨਾਲ, ਬਿਕੋਜ਼ ਇੱਕ ਫੀਮੇਲ ਦੀ ਜੋ ਵੀ ਇੱਕ ਇਸ ਜੱਗ 'ਤੇ ਆਈ ਆ ਉਹਦੀਆਂ ਰਿਸਪੋਂਸੀਬਿਲਟੀਜ਼, ਮੈਂ ਆਪ ਕਹਿੰਦਾ ਐਜ਼ ਅ ਬੋਏ, ਬੀਂਗ ਅ ਬੋਏ ਮੈਂ ਕਹਿੰਦਾ, ਮੁੰਡੇ ਨਾਲੋਂ ਬਹੁਤ ਵੱਧ ਕੇ ਨੇ ਅਸੀਂ ਜੱਗ 'ਤੇ ਆਉਂਦੇ ਹਾਂ। ਫੀਮੇਲ ਦਾ ਪਹਿਲਾਂ ਇਹੀ ਕੰਮ ਬਹੁਤ ਔਖਾ ਕਿ ਉਹਨਾਂ ਨੇ ਇੱਕ ਆਪਣੇ ਦੇ ਵਿੱਚੋਂ ਇੱਕ ਜੀ ਨੂੰ ਹੋਰ ਬਣਾਉਣਾ ਹੈ ਨਾ, ਬਰਥ ਦੇਣਾ ਇੱਕ ਇਨਸਾਨ ਨੂੰ ਪੈਦਾ ਕਰਨਾ, ਇਹੀ ਬਹੁਤ ਬੜੀ ਗੱਲ ਆ ਫੀਮੇਲਸ ਦੇ ਲਈ। ਅਤੇ ਮੇਰਾ ਪੁਆਇੰਟ ਉਹ ਹੀ ਸੀਗਾ, ਇੱਕ ਫੀਮੇਲ ਚਾਹੇ ਹਾਊਸ ਵਾਈਫ ਆ, ਚਾਹੇ ਵਰਕਿੰਗ ਵੂਮੈਨ ਆ, ਚਾਹੇ ਉਹ ਕੁੜੀ ਆ, ਚਾਹੇ ਉਹ ਮੈਰਿਡ ਆ, ਸਿੰਗਲ ਆ, ਸਾਰਿਆਂ ਦੀਆਂ ਰਿਸਪੋਂਸੀਬਿਲਟੀਜ਼ ਇਕੁਅਲੀ ਨੇ, ਇਕੁਅਲੀ ਇੱਜ਼ਤ ਦਾ ਖਿਆਲ ਰੱਖਣਾ ਪੈਂਦਾ। ਐਂਡ ਨੋ ਡਾਊਟ ਅੱਜ ਦੇ ਟਾਈਮ ਦੇ ਵਿੱਚ, ਨੋ ਡਾਊਟ ਹੁਣ ਅੱਜ ਕੱਲ੍ਹ ਨਾ ਥੋੜ੍ਹਾ ਜਿਹਾ ਕੁੜੀਆਂ ਦੇ ਵੱਲ ਜਿਹੜਾ ਸੀਗਾ ਝੁਕਾਅ ਪਹਿਲਾਂ ਮੰਨਿਆ ਜਾਂਦਾ ਸੀ, ਕੁੜੀਆਂ ਨੂੰ ਡਿਸਕ੍ਰੀਮੀਨੇਟ ਕੀਤਾ ਜਾਂਦਾ, ਬਟ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਬਹੁਤ ਸਾਰਾ ਖਤਮ ਹੋ ਗਿਆ। ਹੁਣ ਨਾਓ ਵੀ ਆਲ ਆਰ ਇਕੁਅਲੀ ਟ੍ਰੀਟਿਡ ਜਿੱਥੇ ਵੀ ਆਪਾਂ ਜਾਂਦੇ ਹਾਂ, ਹੈ ਨਾ। ਈਵਨ ਕਿ ਕੁੜੀਆਂ ਪੈਟਰੋਲ ਪੰਪ 'ਤੇ, ਚੰਡੀਗੜ੍ਹ 10 ਸੈਕਟਰ 'ਤੇ ਪੈਟਰੋਲ ਪੰਪ 'ਤੇ ਕੁੜੀ ਪੈਟਰੋਲ ਪਾਉਂਦੀ ਆ, ਮੈਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਸੀਗੀ। ਮੋਸਟਲੀ ਜਿੰਨੇ ਵੀ ਪੰਜਾਬ ਦੇ ਪਹਿਲਾਂ ਜੋਬ ਸੈਕਟਰ ਹੁੰਦੇ ਸੀ ਨਾ, ਗਰਲਸ ਦੇ ਲਈ ਅਪਲਾਈ ਵੈਕੈਂਸੀ ਹੁੰਦੀ ਨਹੀਂ ਸੀ ਉੱਥੇ, ਹੁਣ ਪੈਟਰੋਲ ਪੰਪ 'ਤੇ ਕੁੜੀਆਂ ਲੱਗੀਆਂ। ਸੋ ਇਹੀ ਸ਼ਰਮ ਆ ਜਿਹੜੀ ਕੈਨੇਡਾ ਜਾ ਕੇ ਆਪਾਂ ਨੂੰ ਮਹਿਸੂਸ ਨਹੀਂ ਹੁੰਦੀ, ਇੱਥੇ ਹੁੰਦੀ ਆ। ਅਤੇ ਆਈ ਫੀਲ ਗਲੈਡ ਕਿ ਆਪਣਾ ਯੂਥ ਜੋ ਅੱਗੇ, ਆਪਾਂ ਯੂਥ ਹਾਂ ਪੰਜਾਬ ਦੇ, ਆਪਾਂ ਫਿਊਚਰ ਜਨਰੇਸ਼ਨ ਆ, ਤੁਹਾਡੇ ਅੱਗੇ ਬੱਚੇ ਆਉਣੇ ਨੇ, ਆਪਣੇ ਬੱਚੇ, ਆਪਾਂ ਉਹਨਾਂ ਨੂੰ ਇੱਕ ਵਧੀਆ ਅਤੇ ਸੰਸਕਾਰੀ ਪੰਜਾਬ ਅਤੇ ਇੰਡੀਆ ਡਿਵੈਲਪਮੈਂਟ ਸਿਖਾਈਏ, ਅਤੇ ਖੁਸ਼ੀ ਹੋਈ ਤੁਹਾਨੂੰ। ਮੈਨੂੰ ਲੱਗਦਾ ਸਰ ਵੀ ਜਿੱਦਾਂ ਆਪਾਂ ਇੰਨੀ ਜ਼ਿਆਦਾ ਤਰੱਕੀ ਕਰਨੀ ਹੈ ਨਾ, ਤਾਂ ਇਹ ਬਹੁਤ ਛੋਟੇ ਇਸ਼ੂਜ਼ ਰਹਿ ਜਾਂਦੇ ਨੇ, ਆਪਾਂ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਹਾਂ। ਜੇ ਆਪਾਂ ਇਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ, ਆਪਾਂ ਕਿਵੇਂ ਡਿਵੈਲਪਮੈਂਟ ਕਰਾਂਗੇ? ਪਹਿਲਾਂ ਆਪਾਂ ਇਹਨਾਂ ਤੋਂ ਆਪਣੀ ਮੈਂਟੈਲਿਟੀ ਇੱਦਾਂ ਹੋਣੀ ਚਾਹੀਦੀ ਹੈ ਵੀ ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਕਾਸਟ ਹੈ ਬਹੁਤ ਛੋਟੀ ਚੀਜ਼ ਆ, ਸਾਡੇ ਨਾਲ ਕੋਈ ਵੀ ਆ, ਹਿੰਦੂ ਮੁਸਲਿਮ ਸਿੱਖ ਇਨਸਾਨ ਆ ਇੱਕ, ਬਸ ਇਹ ਚੀਜ਼ਾਂ ਤੋਂ ਸਾਨੂੰ ਉੱਪਰ ਉੱਠ ਕੇ ਆਪਾਂ ਨੂੰ ਦੇਸ਼ ਦੀ ਤਰੱਕੀ ਵੱਲ ਜਾਣਾ ਚਾਹੀਦਾ। ਬਹੁਤ ਸਾਰੀਆਂ ਚੀਜ਼ਾਂ ਨੇ, ਹੋਰ ਬਹੁਤ ਮੁੱਦੇ ਨੇ, ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਇਹ ਤਾਂ ਬਹੁਤ ਛੋਟੀਆਂ ਜਿਹੀਆਂ ਗੱਲਾਂ ਨੇ, ਇਹਨਾਂ ਬਾਰੇ ਆਪਾਂ ਕੀ। ਇੱਕ ਮੇਰਾ ਸਵਾਲ ਆ, ਤੁਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੇ ਹੋ, ਦੀਵਾਨ ਟੋਡਰਮੱਲ ਦੀ ਕੀ ਅਹਿਮੀਅਤ ਸੀਗੀ ਆਪਣੇ ਸਿੱਖ ਇਤਿਹਾਸ 'ਚ?
ਦੀਵਾਨ ਟੋਡਰਮੱਲ ਜੀ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼੍ਰੀ ਫਤਿਹਗੜ੍ਹ ਸਾਹਿਬ ਹੋਈ ਸੀ ਉਦੋਂ ਉਹਨਾਂ ਨੇ ਆਪਣੀ ਵਾਈਫ ਦੇ ਨਾਲ ਮਿਲ ਕੇ ਉਸ ਟਾਈਮ ਉਹ ਬਹੁਤ ਜ਼ਿਆਦਾ ਅਮੀਰ ਨਹੀਂ ਸੀ ਉਹਨਾਂ ਨੇ ਆਪਣੀ ਵਾਈਫ ਦੇ ਨਾਲ ਮਿਲ ਕੇ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਸ਼੍ਰੀ ਜੋਤੀ ਸਰੂਪ ਸਾਹਿਬ ਉਹਨਾਂ ਦਾ ਸੰਸਕਾਰ ਕਰਨਾ ਸੀ ਪਰ ਉਸ ਟਾਈਮ ਉਹਨਾਂ ਕੋਲ ਪੈਸੇ ਨਹੀਂ ਸੀ ਅਤੇ ਉਹਨਾਂ ਨੇ ਉੱਥੇ ਦੇ ਜਿਹੜਾ ਮੁਗਲ ਬਾਦਸ਼ਾਹ ਸੀ ਉਹਦੇ ਤੋਂ ਜ਼ਮੀਨ ਮੰਗੀ ਪਰ ਉਹਨਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਤਾਂ ਨਹੀਂ ਕੀਤਾ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਤੁਸੀਂ ਮੋਹਰਾਂ ਲੈ ਕੇ ਆਓ ਅਤੇ ਜਿੰਨੀ ਤੁਸੀਂ ਮੋਹਰਾਂ ਲੈ ਕੇ ਆਓਗੇ ਉੰਨੀ ਅਸੀਂ ਤੁਹਾਨੂੰ ਜਗ੍ਹਾ ਦੇਵਾਂਗੇ ਅਤੇ ਉਸ ਟਾਈਮ ਉਹਨਾਂ ਨੇ ਖੜਮੀਆਂ ਮੋਹਰਾਂ ਦੇ ਨਾਲ ਜਗ੍ਹਾ ਦੇ ਵਿੱਚ ਵਿਛਾਈਆਂ ਉੰਨੀ ਜਗ੍ਹਾ ਉਹਨਾਂ ਨੂੰ ਮਿਲੀ ਅਤੇ ਉਸ ਜਗ੍ਹਾ ਦੇ ਵਿੱਚ ਉਹਨਾਂ ਨੇ ਸੰਸਕਾਰ ਕੀਤਾ ਛੋਟੇ ਸਾਹਿਬਜ਼ਾਦਿਆਂ ਦਾ ਬਿਲਕੁਲ ਰਾਈਟ ਥੈਂਕ ਯੂ ਮੈਂ ਤੁਹਾਨੂੰ ਜਦੋਂ ਤੁਸੀਂ ਆਏ ਸੀਗੇ ਹੈ ਨਾ ਇੱਥੇ ਆਪਣੀ ਇੰਟਰੋ ਦੇ ਰਹੇ ਸੀਗੇ ਉਹ ਤੁਹਾਨੂੰ ਡਰ ਲੱਗ ਰਿਹਾ ਸੀਗਾ ਗੌਰਵ ਜੀ ਨੇ ਸਵਾਲ ਪੁੱਛਣਾ ਸ਼ੁਰੂ ਕੀਤਾ ਤੁਸੀਂ ਬਿਲਕੁਲ ਸਹੀ ਖੜੇ ਸੀਗੇ ਤੇ ਏਦਾਂ ਹੀ ਆ ਕੇ ਖੜੇ ਹੋ ਰਹੇ ਜਦ ਬਿਲਕੁਲ ਅਟੈਂਸ਼ਨ ਹੱਥਾਂ ਦੀ ਮੂਵਮੈਂਟ ਨਹੀਂ ਕਰਨੀ ਸਾਫ ਪਤਾ ਚੱਲਦਾ ਕਿ ਤੁਸੀਂ ਨਰਵਸ ਹੋ ਰਹੇ ਹੋ ਦੂਸਰਾ ਤੁਸੀਂ ਸਿਰ ਉੱਤੇ ਕੀ ਲਗਾਇਆ ਇਹਨੂੰ ਕੀ ਕਹਿੰਦੇ ਫੁੱਲ ਤੇ ਕੰਨਾਂ ਵਿੱਚ ਕੀ ਪਾਇਆ ਛੋਟੀਆਂ ਸੱਗੀਆਂ ਨੇ ਇਹ ਸੈਂਟਰਲੀ ਵੱਡੀ ਸੱਗੀ ਆ ਇਹਨਾਂ ਨੂੰ ਮਿਲਾ ਕੇ ਸੱਗੀ ਫੁੱਲ ਬਣ ਜਾਂਦਾ ਅੱਛਾ ਜੀ ਤੇ ਤੁਸੀਂ ਕੰਨਾਂ ਵਿੱਚ ਕੀ ਪਾਇਆ ਲੋਟਨ ਓਕੇ ਥੈਂਕ ਯੂ ਓਕੇ ਅਤੇ ਇੱਕ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੂੰਗੀ ਮੈਂ ਮੇਰੀ ਪ੍ਰੈਕਟਿਸ ਦੇ ਵਿੱਚ ਜਿੰਨੀ ਪ੍ਰੈਕਟਿਸ ਮੇਰੇ ਮੰਮਾ ਨੇ ਕੀਤੀਆਂ ਨਾ ਉਨੀ ਮੈਂ ਵੀ ਨਹੀਂ ਕੀਤੀ ਹੈਗੀ ਜਿੱਦਾਂ ਕਿ ਕਹਿਣਾ ਵੀ ਚਲੋ ਡਾਂਸ ਪ੍ਰੈਕਟਿਸ ਕਰਦੇ ਹਾਂ ਮੈਂ ਕਹਿੰਦੇ ਹਾਂ ਹਾਂ ਕਰਦੇ ਹਾਂ ਪਹਿਲਾਂ ਦੋ ਵਾਰੀ ਡਾਂਸ ਉਹਨਾਂ ਨੇ ਕਰਨਾ ਫਿਰ ਇੱਕ ਵਾਰੀ ਮੇਰੀ ਆਉਂਦੀ ਫਿਰ ਦੋ ਵਾਰ ਫਿਰ ਉਹਨਾਂ ਨੇ ਕਰਨਾ ਇਹ ਮੈਨੂੰ ਤਾਂ ਹੀ ਤੁਹਾਨੂੰ ਜ਼ਿਆਦਾ ਫਿੱਟ ਨਹੀਂ ਮੈਂ ਬਹੁਤ ਕਹਿ ਕੇ ਆਈ ਉਹ ਦੋ ਵਾਰੀ ਕਰਦੇ ਹੋ ਤੁਸੀਂ ਇੱਕ ਵਾਰੀ ਡਾਂਸ ਕਰਦੇ ਹੋ ਇਹ ਤਾਂ ਹੈ ਸੋ ਅੱਗੇ ਤੋਂ ਮੈਮ ਤੁਸੀਂ ਮੈਮ ਦੇ ਡਾਈਟ ਤੇ ਕੰਟਰੋਲ ਰੱਖਣਾ ਤੇ ਫਿਟਨੈਸ ਪ੍ਰਤੀ ਹੈਨਾ ਨਹੀਂ ਉਹ ਸਰ ਐਕਚੁਅਲੀ ਮੈਂ ਨਾ ਮੈਡੀਸਨ ਖਾਧੀ ਸੀ ਮੇਰੇ ਨਾ ਖਾਰਿਸ਼ ਹੋ ਗਈ ਸੀ ਥੋੜ੍ਹੀ ਜਿਹੀ ਗਰਮੀਆਂ ਦੇ ਵਿੱਚ ਉਹ ਜਿਹੜੀ ਮੈਡੀਸਨ ਸੀ ਉਹਨੇ ਮੈਨੂੰ ਥੋੜ੍ਹਾ ਜਿਹਾ ਫੁਲਾਤਾ ਹਜੇ 2 ਮਹੀਨੇ ਪਹਿਲਾਂ ਚਲੋ ਮੈਮ ਦੀਆਂ 3 ਮਹੀਨੇ ਪੁਰਾਣੀਆਂ ਫੋਟੋਆਂ ਵੀ ਚੈੱਕ ਕੀਤੀਆਂ ਜਾਣਗੀਆਂ ਜ਼ਰੂਰ ਜੋਕਸ ਅਪਾਰਟ ਬਟ ਜੀ ਬਹੁਤ ਵਧੀਆ ਲੱਗੀ ਤੁਹਾਡੀ ਬਹੁਤ ਮੇਰੇ ਹਸਬੰਡ ਨੇ ਵੀ ਮੇਰੀ ਪੂਰੀ ਪ੍ਰੈਕਟਿਸ ਕਰਾਈ ਹਨਾ ਹਾਂ ਤੁਹਾਡਾ ਬੌਂਡ ਬਹੁਤ ਵਧੀਆ ਲੱਗਿਆ ਦੇਖੋ ਕੈਟ ਵਾਕ ਹਨਾ ਸਮੋਸੇ ਦੇ ਕੁਲਚੇ ਨਹੀਂ ਖਾਣੇ ਚਾਹੀਦੇ ਯਾਰ ਮਨ ਕਦੇ ਠੀਕ ਹੈ ਹੈ ਛੱਡੇ ਨਹੀਂ ਜਾਂਦੇ ਦੇਖੋ ਚਲੋ ਭੁੱਖੀ ਨਹੀਂ ਲੱਗਦੀ ਮਿਸਿਸ ਪੰਜਾਬ ਜਨ ਕੁਐਸਚਨ ਆਨਸਰ ਜਾ ਦੇ ਦੇਖੋ ਇੱਕ ਚੀਜ਼ ਇਨਸਾਨ ਦੇ ਜਿਹੜੀ ਆਪਣੇ ਹੱਥ ਦੇ ਵਿੱਚ ਹੈ ਦੈਟ ਇਜ਼ ਯੂਰ ਬੋਡੀ ਉਸ ਤੋਂ ਇਲਾਵਾ ਤੁਹਾਡੇ ਹੱਥ 'ਚ ਕੁਝ ਨਹੀਂ ਆ ਰਿਸ਼ਤੇ ਨਾਤੇ ਪੈਸਾ ਧੇਲਾ ਕੁਝ ਨਹੀਂ ਤੁਹਾਡੇ ਹੱਥ 'ਚ ਇੱਕ ਬੋਡੀ ਆ ਰੱਬ ਨੇ ਤੁਹਾਨੂੰ ਇੱਕ ਬੋਡੀ ਦਿੱਤੀ ਇਹਦੀ ਦਿਨ ਦੇ ਵਿੱਚ ਉਹ ਘੰਟਾ ਪੂਜਾ ਕਰ ਲਿਆ ਕਰੋ ਬਹੁਤ ਆ ਠੀਕ ਹੈ ਸਰ ਕਿਉਂਕਿ ਖਾਣਾ ਪੀਣਾ ਆਪਾਂ ਕਹਿੰਦੇ ਆਪਾਂ ਖਾਣ ਲਈ ਨਹੀਂ ਜੀਂਦੇ ਹੈਗੇ ਜੀਣ ਲਈ ਖਾਂਦੇ ਹਾਂ ਸੋ ਓਨਾ ਕੁ ਖਾਓ ਜਿੰਨੀ ਕੁ ਜ਼ਰੂਰਤ ਆ 8 ਵਜੇ ਤੋਂ ਬਾਅਦ ਕੁਝ ਖਾਣਾ ਹੀ ਨਹੀਂ ਚਾਹੀਦਾ ਤੁਸੀਂ ਸਮ੍ਰਿਤ ਜੀ ਨੂੰ ਫੋਲੋ ਕਰਿਆ ਕਰੋ ਸਨੈਪਚੈਟਸ ਨੂੰ ਤੁਸੀਂ ਜ਼ਰੂਰ ਹੈ ਨਾ ਧਿਆਨ ਦੇਣਾ ਅੱਗੇ ਤੋਂ ਡਾਇਟ 'ਤੇ ਅਤੇ ਆਪਣੇ ਵਰਕਆਊਟ 'ਤੇ ਵੀ ਕਰਨਾ ਬਾਕੀ ਟੈਲੈਂਟ ਰਾਊਂਡ ਦੇ ਵਿੱਚ ਦੇਖਦੇ ਹਾਂ ਅਤੇ ਮੇਰੇ ਹਸਬੈਂਡ ਨੇ ਸਰ ਬਹੁਤ ਤਿਆਰੀ ਕਰਵਾਈ ਹੈ ਨਾ ਅਤੇ ਮਤਲਬ ਪੂਰੀ ਉਹਨਾਂ ਨੇ ਡਾਂਸ ਪ੍ਰੈਕਟਿਸ ਕੈਟ ਵਾਕ ਵੱਲ ਖੁਦ ਨੱਚ ਨੱਚ ਕੇ ਤਿਆਰੀ ਕਰਵਾਈ ਸੈਮੀ ਫਾਈਨਲ ਦੇ ਵਿੱਚ ਸਾਰਿਆਂ ਦੇ ਹਸਬੈਂਡ ਦੇ ਨਾਲ ਵੀ ਗੇੜਾ ਕਢਾਵਾਂਗੇ ਬਿਲਕੁਲ ਬਿਲਕੁਲ ਅਸੀਂ ਪਹਿਲਾਂ ਹੀ ਤਿਆਰੀ ਕਰਕੇ ਆਏ ਉਹਨੂੰ ਪਤਾ ਹੀ ਸੀ ਐਵੇਂ ਦਾ ਕੁਛ ਹੋ ਸਕਦਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਇੱਕ ਚੀਜ਼ ਹੋਰ ਸਾਰਿਆਂ ਲਈ ਜਦੋਂ ਤੁਹਾਨੂੰ ਕੋਈ ਕੁਐਸਚਨ ਪੁੱਟ ਕੀਤਾ ਜਾਂਦਾ ਉਹਨੂੰ ਜ਼ਿਆਦਾ ਲੰਬਾ ਨਾ ਖਿੱਚਿਆ ਕਰੋ 30 ਸੈਕਿੰਡ ਲਿਆ ਕਰੋ ਇੱਕ ਕੁਐਸਚਨ ਆਨਸਰ ਦੇ ਸ਼ਾਰਟ ਐਂਡ ਬਰੀਫ ਰੱਖਿਆ ਕਰੋ ਠੀਕ ਹੈ ਕਈ ਵਾਰ ਨੈਗੇਟਿਵ ਮਾਰਕਿੰਗ ਹੋ ਜਾਂਦੀ ਤੁਸੀਂ ਟੌਪਿਕ ਬਹੁਤ ਜ਼ਿਆਦਾ ਖਿੱਚ ਦਿੰਦੇ ਹੋ ਇਟਸ ਫੋਰ ਆਲ ਠੀਕ ਹੈ ਥੈਂਕ ਯੂ ਸੋ ਮਚ ਸੋ ਇਹ ਸਨ ਨਵਦੀਪ ਅਤੇ ਹੁਣ ਮੈਂ ਤੁਹਾਡੇ ਸਾਰਿਆਂ ਦੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਮੰਚ 'ਤੇ ਸਦਾ ਦੇਣ ਜਾ ਰਿਹਾ ਟੈਗ ਨੰਬਰ A11 ਮਿਸਿਸ ਨਵਦੀਪ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਨਵਦੀਪ ਕੌਰ ਹੈ ਮੈਂ ਸਮਾਣਾ ਸ਼ਹਿਰ ਦੀ ਰਹਿਣ ਵਾਲੀ ਹਾਂ ਹੁਣ ਮੇਰਾ ਵਿਆਹ ਪਿੰਡ ਅਸਰਪੁਰ ਪਟਿਆਲਾ ਵਿਖੇ ਹੋਇਆ ਹੈ ਲਵਪ੍ਰੀਤ ਸਿੰਘ ਬਿਸਲਾ ਮੇਰੇ ਹਸਬੈਂਡ ਦਾ ਨਾਮ ਹੈ ਜੋ ਕਿ ਇੱਕ ਫਿਜ਼ੀਓਥੈਰੇਪਿਸਟ ਹਨ ਮੇਰੀ ਉਮਰ 19 ਸਾਲ ਹੈ ਅਤੇ ਮੇਰੇ ਸ਼ੌਂਕ ਹਨ ਗਿੱਧਾ ਭੰਗੜਾ ਅਤੇ ਕੁਕਿੰਗ ਥੈਂਕ ਯੂ ਕੁਕਿੰਗ ਹਾਂਜੀ ਤੁਸੀਂ 19 ਸਾਲ ਦੇ ਹੋ ਹੈ ਨਾ ਤੁਹਾਡਾ ਵਿਆਹ ਹੁਣੇ ਹੀ ਹੋਇਆ ਜਾਂ ਹਾਂਜੀ ਕਿੰਨੇ 19 ਦਸੰਬਰ ਨੂੰ ਹੋਇਆ ਸੀ ਦਸੰਬਰ 'ਚ ਹੋਇਆ ਤੁਸੀਂ ਇੰਨੀ ਜਲਦੀ ਵਿਆਹ ਕਿਉਂ ਕਰਾ ਲਿਆ ਫੈਮਿਲੀ ਪ੍ਰੋਬਲਮ ਘਰਦਿਆਂ ਨੇ ਓਕੇ ਤੁਸੀਂ ਹੁਣ ਕੁਝ ਆਈ ਮੀਨ ਸਟੱਡੀ ਕਰ ਰਹੇ ਹੋ ਨਾਲ ਨਾਲ ਹਾਂਜੀ ਮੈਂ BA 'ਚ ਐਡਮਿਸ਼ਨ ਹੈ ਮੇਰੀ ਓਕੇ ਤੁਹਾਡਾ ਫਸਟ ਈਅਰ ਕੀ ਸੈਕਿੰਡ ਹਾਂਜੀ ਫਸਟ ਈਅਰ ਹੈ ਓਕੇ ਪਹਿਲਾਂ ਤਾਂ ਮੈਨੂੰ ਤੁਹਾਡੇ ਕੜੇ ਸੋਹਣੇ ਲੱਗੇ ਥੈਂਕ ਯੂ ਮੈਮ
ਮਤਲਬ ਜੇ ਤੁਹਾਡੇ ਵੱਲ ਦੇਖੋ ਸਭ ਤੋਂ ਪਹਿਲਾਂ ਧਿਆਨ ਖੜਿਆਂ ਵੱਲ ਹੀ ਜਾਂਦਾ। ਦੂਸਰਾ ਮੈਂ ਤੁਹਾਨੂੰ, ਤੁਸੀਂ ਆ ਕੇ ਜਿੱਦਾਂ ਖੜੇ ਹੋਏ ਹੈ ਨਾ, ਤੁਸੀਂ ਵਾਕ ਕਰਕੇ ਆ ਰਹੇ ਸੀਗੇ ਅਤੇ ਮੈਂ ਆਏ ਦੇਖਿਆ ਕਿ ਤੁਸੀਂ ਥੋੜ੍ਹਾ ਜਿਹਾ ਨਾ ਲਾਈਕ ਇੱਦਾਂ ਕੁੱਬ ਪਾ ਕੇ ਖੜੇ ਹੁੰਦੇ ਹੈ ਮੇਰੀ ਆਦਤ। ਹਾਂ, ਪਰ ਇਸ ਆਦਤ ਨੂੰ ਆਪਾਂ ਜਦੋਂ ਰੈਂਪ 'ਤੇ ਚੱਲ ਰਹੇ ਹਾਂ ਜਾਂ ਵੈਸੇ ਵੀ ਅਸੀਂ ਕਿਤੇ ਵੀ ਪ੍ਰੋਫੈਸ਼ਨਲੀ ਜਾਂਦੇ ਹਾਂ, ਈਵਨ ਇਹ ਆਦਤ ਖਰਾਬ ਹੈ, ਤੁਸੀਂ ਜਲਦੀ ਹੀ ਬਹੁਤ ਕੁੱਬੇ ਹੋ ਜਾਓਗੇ। ਸਾਰੇ ਹਟਾਉਂਦੇ ਆ, ਹਟਦੇ। ਹਾਂ, ਫਿਰ ਹਟਾਓ ਨਾ। ਅੱਜ ਤੁਹਾਨੂੰ ਹਟਾਉਣੀ ਚਾਹੀਦੀ ਸੀ, ਤੁਸੀਂ ਸਟੇਜ 'ਤੇ ਆ ਰਹੇ ਸੀ, ਤੁਸੀਂ ਰੀਪ੍ਰਜੈਂਟ ਕਰ ਰਹੇ ਸੀ, ਤੁਹਾਨੂੰ ਮਤਲਬ ਹੈ ਨਾ, ਉੱਥੇ ਅਸੀਂ ਬਿਲਕੁਲ ਅਟੈਂਟਿਵ ਹੋ ਕੇ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਹੁੰਦਾ। ਸੋ ਇਸ ਚੀਜ਼ ਨੂੰ ਅੱਗੇ ਲਈ ਤੁਸੀਂ ਸੁਧਾਰਨਾ। ਅਤੇ ਹੋਰ ਦੱਸੋ ਆਪਣੇ ਬਾਰੇ, ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਕਰਨਾ? ਭੰਗੜਾ ਕਰਨਾ ਵਧੀਆ ਲੱਗਦਾ। ਅਤੇ ਕਿਹੜਾ, ਕਿਹੜੀ ਗੱਲ ਤੁਹਾਨੂੰ ਸਭ ਤੋਂ ਜ਼ਿਆਦਾ ਜਲਦੀ ਉਦਾਸ ਕਰ ਦਿੰਦੀ ਹੈ? ਮੈਂ ਬਹੁਤ ਇਮੋਸ਼ਨਲ ਹਾਂ। ਮੈਨੂੰ ਕੋਈ ਵੀ ਜਾਂ ਮੇਰੀ ਕੋਈ ਕੇਅਰ ਨਾ ਕਰੇ ਜਾਂ ਮੈਨੂੰ ਕੋਈ ਕੋਈ ਗੱਲ ਜਿਵੇਂ ਮੈਂ ਚਾਹੁੰਦੀ ਹਾਂ ਹੈ ਨਾ, ਮੈਨੂੰ ਕੋਈ ਪੁੱਛੇ, ਬਟ ਮੈਨੂੰ ਕੋਈ ਪੁੱਛੇ, ਮੈਂ ਉਦੋਂ ਹੀ ਰੋਣ ਲੱਗ ਜਾਂਦੀ ਹਾਂ। ਇਹ ਮੇਰੀ ਸਭ ਤੋਂ ਗੰਦੀ ਆਦਤ ਆ। ਅੱਛਾ, ਤੁਹਾਡੇ ਹਸਬੈਂਡ ਕੀ ਕਰਦੇ ਨੇ? ਫਿਜ਼ੀਓਥੈਰੇਪਿਸਟ ਨੇ ਮੈਮ। ਹਾਂ, ਤੁਸੀਂ ਦੱਸਿਆ ਸੀ, ਸੋਰੀ। ਅੱਛਾ, ਹੋਰ ਮਿਸਿਸ ਪੰਜਾਬ 'ਚ ਆਉਣ ਲਈ ਤੁਹਾਨੂੰ ਕਿਹਨੇ ਮੋਟੀਵੇਟ ਕੀਤਾ? ਮੈਮ, ਫਸਟ ਆਫ ਆਲ ਮੈਂ ਫੇਸਬੁੱਕ ਪੇਜ ਦੇਖਿਆ ਸੀਗਾ ਅਤੇ ਮੈਂ ਮੰਮਾ ਨਾਲ ਗੱਲ ਕੀਤੀ ਵੀ ਮੈਂ ਇਸ 'ਚ ਜਾਣਾ ਚਾਹੁੰਦੀ ਹਾਂ। ਮੰਮਾ ਕਹਿੰਦੇ ਤੁਸੀਂ ਲੈਫਟ ਨਾਲ ਗੱਲ ਕਰ ਲਓ, ਅਤੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਕੋਈ ਨਹੀਂ ਤੁਸੀਂ ਜਾਓ। ਫਿਰ ਇਸ ਕਰਕੇ ਫਿਰ ਮੈਂ, ਠੀਕ ਹੈ, ਥੈਂਕ ਯੂ। ਥੈਂਕ ਯੂ ਮੈਮ। ਤੁਹਾਡੀ ਉਮਰ 19 ਸਾਲ ਹੈ ਨਾ? ਹਾਂਜੀ। ਸੋ ਉਹ ਮੈਚੋਰਟੀ ਹਲੇ ਆਈ ਨਹੀਂ ਨਾ, ਜਿਹੜੀ 4-5 ਸਾਲ ਠਹਿਰ ਕੇ ਆਊਗੀ ਹੈ ਨਾ, ਜਾਂ ਤੁਸੀਂ ਅਤੇ ਜਿਹੜੀ ਕੈਟਵਾਕ ਕੀਤੀ ਸੀਗੀ, ਤੁਸੀਂ ਪ੍ਰੈਕਟਿਸ ਕੀਤੀ ਸੀ ਇਹਦੀ ਘਰ? ਹਾਂਜੀ ਸਰ। ਕਿਉਂਕਿ ਤੁਸੀਂ ਇੱਕਦਮ ਗਏ ਆਏ ਅਤੇ ਇੱਕਦਮ ਆਏ ਖਤਮ ਕਰਤੀ ਹੈ ਨਾ, ਸੋ ਕੈਟਵਾਕ ਖਤਮ ਕਰਨ ਲਈ ਵੀ ਇੱਕ ਜੈਸਚਰ ਹੁੰਦਾ ਆ ਹੈ ਨਾ, ਸੋ ਥੋੜ੍ਹੀ ਪ੍ਰੈਕਟਿਸ ਘੱਟ ਹੋਈ ਲੱਗਦੀ ਹੈ ਮੈਨੂੰ। ਕੁਕਿੰਗ ਤੁਹਾਨੂੰ ਸ਼ੌਂਕ ਆ ਹੈ ਨਾ, ਤੁਸੀਂ ਬੈਸਟ ਕੀ ਬਣਾਉਂਦੇ ਹੋ? ਕੜੀ। ਵਿਦ ਪਕੌੜੇ ਜਾਂ ਵਿਦਆਊਟ ਪਕੌੜੇ? ਵਿਦ ਪਕੌੜੇ। ਠੀਕ ਹੈ, ਚਲੋ ਫਾਈਨਲ ਵੇਲੇ ਫਿਰ ਲੈ ਕੇ ਆਇਓ, ਠੀਕ ਹੈ? ਜ਼ਰੂਰ। ਅੱਛਾ, ਤੁਸੀਂ ਇੰਨੇ, ਮੈਨੂੰ ਐਂ ਲੱਗਦਾ ਕਿ ਤੁਸੀਂ ਐਕਸਪ੍ਰੈਸਿਵ ਨਹੀਂ ਹੈਗੇ ਉਹਨੇ ਜਿੰਨੇ ਤੁਸੀਂ ਹੋ ਸਕਦੇ ਹੋ ਹੈ ਨਾ, ਤੁਸੀਂ ਬਹੁਤ ਘੁੱਟੇ ਘੁੱਟੇ ਜਿਹੇ ਲੱਗਦੇ ਹੋ। ਪਹਿਲੀ ਗੱਲ, ਬੋਡੀ ਪੋਸਚਰ ਸਟੇਟ ਖੜ੍ਹੇ ਹੋ, ਯੈਸ ਇਟਸ ਅ ਰਾਈਟ ਪੋਸਚਰ ਹੈ ਨਾ, ਇਹ ਮੈਂ ਨੋਟਿਸ ਕਰ ਰਿਹਾ ਜਦੋਂ ਤੁਸੀਂ ਬੈਠੇ ਵੀ ਸੀ ਐਵੇਂ, ਇਹ ਤੁਹਾਡਾ ਪੋਸਚਰ ਪੱਕਾ ਹੋ ਚੁੱਕਿਆ, ਤੁਸੀਂ ਅੱਗੇ ਨੂੰ ਝੁੱਕ ਕੇ ਖੜ੍ਹਦੇ ਹੋ। ਇਹ ਮੋਸਟਲੀ ਪ੍ਰੋਬਲਮ ਹੁੰਦੀ ਹੈ ਜਿਨ੍ਹਾਂ ਦੀ ਹਾਈਟ 6 ਜਾਂ 6 ਫੀਟ ਪਲੱਸ ਹੁੰਦੀ ਹੈ, ਬਬ ਹੁੰਦੀ ਹੈ, ਉਹਨਾਂ ਨੂੰ ਥੋੜ੍ਹਾ ਘੁੱਬ ਪੈ ਜਾਂਦਾ ਜਿਹਨੂੰ, ਬਟ ਟਰਾਈ ਟੂ ਸਟੈਂਡ ਸਟ੍ਰੇਟ ਹਮੇਸ਼ਾ ਹੈ ਨਾ, ਚੈਸਟ ਅਪ ਐਂਡ ਬੈਕ ਸਟ੍ਰੇਟ, ਇਹ ਦੋ ਚੀਜ਼ਾਂ ਧਿਆਨ 'ਚ ਰੱਖਣੀਆਂ। ਅਤੇ ਜੇ ਗੱਲ ਕਰੀ ਜਾਵੇ, ਚਲੋ ਆਪਾਂ ਥੋੜ੍ਹੀ, ਤੁਸੀਂ ਬਹੁਤ ਛੋਟੇ ਹੋ, ਇੱਕ ਯੂਥ ਹੀ ਕਹੂੰਗਾ ਮੈਂ ਤੁਹਾਨੂੰ ਅੱਜ ਦਾ ਹੈ ਨਾ। ਹਾਂ, ਅਤੇ ਜਿਵੇਂ ਅਸੀਂ ਬੈਠੇ ਡਿਸਕਸ ਕਰ ਰਹੇ ਸੀ ਕੱਲ੍ਹ, ਆਪਣਾ ਪਰਸੋਂ ਚੌਥੇ 2-3 ਦਿਨ ਬਾਅਦ ਚੰਦਰਯਾਨ 2 ਭੇਜਿਆ ਸੀਗਾ ਇੰਡੀਆ ਨੇ, ਅਤੇ ਉਹ ਅਨਸਕਸੈਸਫੁੱਲ ਰਿਹਾ। ਉਹਦੇ ਬਾਰੇ ਤੁਹਾਡੇ ਕੀ ਵਿਊਜ਼ ਨੇ? ਅਤੇ ਉਹਦੇ ਉੱਪਰ ਮੈਂ ਤੁਹਾਨੂੰ ਦੱਸਦਾ, ਬਜਟ ਲੱਗਿਆ ਸੀ ਅਪਰੋਕਸੀਮੇਟਲੀ 1000 ਕਰੋੜ। ਸੋਰੀ ਸਰ, ਮੈਨੂੰ ਪਤਾ ਨਹੀਂ ਹੈ, ਇਸ ਬਾਰੇ ਇੱਕ ਵਾਰ ਰਿਪੀਟ ਕਰਿਓ। ਚੰਦਰਯਾਨ ਆਪਣਾ ਉੱਪਰ ਗਿਆ ਸੀ ਰੋਕੇਟ, ਪਤਾ ਨਹੀਂ? ਪਤਾ, ਵੈਰੀ ਬੈਡ, ਇਟਸ ਰੀਅਲੀ ਸੈਡ, ਇੰਡੀਆ ਦਾ ਕਰੰਟ ਅਫੇਅਰ ਨਹੀਂ ਤੁਹਾਨੂੰ ਪਤਾ। ਚਲੋ, ਕਿਸੇ ਹੋਰ, ਕੋਈ ਕਿਸੇ ਨੂੰ ਪਤਾ ਇਹਦੇ ਬਾਰੇ? ਚੰਦਰਯਾਨ ਆਪਣਾ ਗਿਆ ਸੀ, ਹਾਂਜੀ, ਖੜ੍ਹੇ ਹੋ ਮੈਮ, ਮਾਈਕ ਪਾਸ ਔਨ ਕਰਿਓ। ਕੀ ਵਿਊਜ਼ ਦੇਣਾ ਚਾਹੋਗੇ ਉਹਦੇ ਉੱਪਰ? ਆਪਣਾ 1000 ਕਰੋੜ ਰੁਪਏ ਇੰਡੀਆ ਦਾ ਸੀਗਾ ਲੱਗਿਆ, ਉਹ ਅਨਸਕਸੈਸਫੁੱਲ ਹੋ ਗਿਆ। ਸਰ, ਅਨਸਕਸੈਸਫੁੱਲ ਉਹ ਮਤਲਬ 3 ਪਾਰਟਸ ਦੇ ਵਿੱਚ ਗਿਆ ਸੀ, ਉਹਦਾ 1 ਪਾਰਟ ਮਤਲਬ 95% ਸੇਵ ਹੈ ਹਲੇ, ਉਹਦਾ 5% ਪਾਰਟ ਜਿਹਨੇ ਲੈਂਡ ਹੋਣਾ ਸੀ ਮੂਨ ਤੇ। ਨਹੀਂ, ਉਹ ਰਿਊਮਰਸ ਨੇ, ਅਨਸਕਸੈਸਫੁੱਲ ਮੀਨ ਮਿਸ਼ਨ ਮੀਨਸ ਅਬਾਰਟ ਹੋ ਚੁੱਕਿਆ। ਓਕੇ ਸਰ, ਤੁਹਾਨੂੰ ਨਹੀਂ ਲੱਗਦਾ ਕਿ 1000 ਕਰੋੜ ਰੁਪਇਆ ਉੱਥੇ ਉੱਪਰ ਚੰਦ ਦੇ ਜਾਣ ਲਈ ਭੇਜਤਾ ਸਰਕਾਰ ਨੇ, ਜੇ ਇਹ 1000 ਕਰੋੜ ਦੇ ਨਾਲ ਇੱਥੇ ਡਿਵੈਲਪਮੈਂਟ ਕੀਤੀ? ਹਾਂਜੀ ਸਰ, ਮਤਲਬ ਦੇਖਿਆ ਜਾਵੇ ਤਾਂ ਜਿਹੜੀ ਆਪਣੀ ਭਾਰਤ ਦੇਸ਼ ਆ ਉਹ ਇੱਕ ਵਿਕਾਸਸ਼ੀਲ ਦੇਸ਼ ਆ ਜਿਹੜਾ ਕਿ ਵਿਕਸਿਤ ਨਹੀਂ ਆ ਹਲੇ। ਹਾਂ, ਜਿਵੇਂ ਕਿ ਪਿੱਛੇ ਜੇ ਇੱਕ ਮੂਰਤੀ ਬਣਾਈ ਗਈ ਸੀ, ਮਤਲਬ ਉਹ ਵੀ ਟੌਪਿਕ। ਹਾਂ, ਸਾਡੇ ਦੇਸ਼ ਦੇ ਨੇਤਾ ਕੀ ਕਰਦੇ ਨੇ ਕਿ ਅੱਜ ਕੱਲ੍ਹ ਕਰੋੜਾਂ ਰੁਪਈਆ ਇਹਨਾਂ ਚੀਜ਼ਾਂ 'ਤੇ ਖਰਚ ਕਰ ਰਹੇ, ਜਦ ਕਿ ਅਸੀਂ ਮਤਲਬ ਮੈਂ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਟੀਚਰ ਹਾਂ, ਮੇਰੇ ਕੋਲ ਜਿੰਨੇ ਵੀ ਬੱਚੇ ਆ ਰਹੇ ਨੇ ਇੰਨੇ ਕੁ ਗਰੀਬ ਬੱਚੇ ਨੇ ਕਿ 2 ਰੁਪਏ ਦੀ ਕਾਪੀ ਤੱਕ ਅਫੋਰਡ ਨਹੀਂ ਕਰਦੇ। ਸਰਕਾਰ ਇਹ ਚੀਜ਼ਾਂ ਕਿਉਂ ਨਹੀਂ ਦੇਖਦੀ? ਕੋਸ਼ਿਸ਼ ਕੀਤੀ ਇੰਡੀਆ ਨੇ ਇਸਰੋ ਨੇ ਉੱਥੇ ਤੱਕ ਪਹੁੰਚਣ ਦੀ, ਬਟ ਕਿਤੇ ਨਾ ਕਿਤੇ ਮੇਰੇ ਅਕੋਰਡਿੰਗਲੀ ਪਹਿਲਾਂ ਇਨਰ ਡਿਵੈਲਪਮੈਂਟ ਕੰਪਨੀ ਦੀ, ਇੱਕ ਕੰਟਰੀ ਦੀ ਜ਼ਿਆਦਾ ਇੰਪੋਰਟੈਂਟ ਰੱਖਦੀ ਹੈ। ਫਿਜ਼ੀਕਲ ਡਿਵੈਲਪਮੈਂਟ ਹੈ ਨਹੀਂ, ਡਿਜੀਟਲ ਇੰਡੀਆ ਬਣਾਉਣਾ। ਹਾਂਜੀ ਸਰ, ਫਿਜ਼ੀਕਲ ਇੰਡੀਆ ਡਿਵੈਲਪਡ ਨਹੀਂ ਹੈ, ਤੁਹਾਡਾ ਡਿਜੀਟਲ ਇੰਡੀਆ ਕਿੱਥੋਂ ਬਣ ਜੂ? ਹਾਂਜੀ ਸਰ, ਮੈਂ 100% ਤੁਹਾਡੇ ਨਾਲ ਇਸ ਗੱਲ ਵਿੱਚ ਸਹਿਮਤ ਹਾਂ। ਚਲੋ, ਥੈਂਕ ਯੂ, ਤੁਹਾਡਾ ਵਿਊ ਵਧੀਆ ਲੱਗਿਆ ਅਤੇ ਇਟਸ ਰੀਅਲੀ ਸੈਡ, ਤੁਹਾਨੂੰ ਕਰੰਟ ਅਫੇਅਰ ਪਤਾ ਨਹੀਂ ਇੰਡੀਆ ਦਾ। ਅਤੇ ਦੇਖੋ, ਇਹ ਪੇਜੈਂਟ ਹੈਗਾ ਬਿਊਟੀ ਵਿਦ ਬ੍ਰੇਨਸ,
ਇਹਦੇ ਵਿੱਚ ਬਿਊਟੀ ਵੀ ਮੈਟਰ ਕਰਦੀ ਆ, ਤੁਹਾਡਾ ਪ੍ਰੈਜੈਂਸ ਆਫ ਮਾਇੰਡ ਉਹਨਾਂ ਕੁ ਮੈਟਰ ਕਰਦਾ, ਤੁਹਾਡੀ ਜੀ ਕਿਊ ਲੈਵਲ ਜਨਰਲ ਨੌਲੇਜ ਉਹ ਵੀ ਉਨੀ ਕੁ ਮੈਟਰ ਕਰਦੀ ਆ। ਸੋ ਅਖਬਾਰ ਜ਼ਰੂਰ ਪੜ੍ਹਨਾ ਚਾਹੀਦਾ ਜਿੰਨੇ ਵੀ ਆਪਾਂ ਇੱਥੇ ਬੈਠੇ ਹਾਂ। ਅਤੇ ਥੈਂਕ ਯੂ ਸੋ ਮੱਚ ਅਤੇ ਬੈਸਟ ਆਫ ਲੱਕ। ਇੱਕ ਪਾਰਟੀਸਪੈਂਟ ਦੀ ਫਿਜ਼ੀਕਲ ਫਿਟਨੈਸ ਦੇ ਨਾਲ ਨਾਲ ਮੈਂਟਲ ਫਿਟਨੈਸ ਵੀ ਜ਼ਰੂਰੀ ਹੈ। ਗੌਰਵ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀ ਕਿ ਫਿਟਨੈਸ ਫਿੱਟ ਰੱਖਣਾ ਇਹ ਸਾਡੇ ਆਪਣੇ ਹੱਥ ਵਾਸਤੇ, ਔਰ ਮੈਂ ਵੀ ਇਹ ਸਮਝਦੀ ਹਾਂ ਕਿ ਸਿਰਫ ਦੋ ਹੀ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਵਾਸਤੇ ਕਰਦੇ ਹਾਂ, ਬਾਕੀ ਅਸੀਂ ਕਿਸੇ ਨਾ ਕਿਸੇ ਲਈ ਜ਼ਰੂਰ ਕਰਦੇ ਹਾਂ। ਮਤਲਬ ਦੋ ਹੀ ਚੀਜ਼ਾਂ ਜਿਹੜੀਆਂ ਆਪਾਂ ਆਪਣੇ ਪਰਸਨਲ ਤੌਰ 'ਤੇ ਕਰਦੇ ਹਾਂ, ਇੱਕ ਐਕਸਰਸਾਈਜ਼ ਜੋ ਸਾਡੇ ਲਈ ਹੁੰਦੀ ਹੈ, ਔਰ ਦੂਸਰਾ ਪਾਠ। ਸਿਰਫ ਦੋ ਹੀ ਚੀਜ਼ਾਂ ਨੇ, ਬਾਕੀ ਸਾਰੀਆਂ ਅਸੀਂ ਕਿਸੇ ਨਾ ਕਿਸੇ ਨੂੰ ਅਸੀਂ ਯੋਗਦਾਨ ਦੇਣ ਲਈ, ਸਹਿਯੋਗ ਕਰਨ ਲਈ ਕਰਦੇ ਹਾਂ। ਸੋ ਪਾਰਟੀਸਪੈਂਟਸ ਦਾ ਮੈਂਟਲੀ ਫਿੱਟ ਹੋਣਾ, ਫਿਜ਼ੀਕਲ ਫਿੱਟ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸੇ ਦੇ ਨਾਲ ਬੁਲਾਉਂਦੇ ਹਾਂ ਜੀ ਸਾਡੀ। ਮੈਂ ਕਿਰਨ ਜੀ ਇੱਕ ਗੱਲ ਪੁੱਛਣੀ ਚਾਹੁੰਦਾ ਸੀ ਤੁਹਾਨੂੰ। ਆਊਟਫਿਟਸ ਤਾਂ ਤੁਸੀਂ ਬੜੇ ਅੱਛੇ ਪਾਏ ਆ, ਥੈਂਕ ਯੂ ਜੀ, ਵੇਖਣ ਨੂੰ ਵੀ ਤੁਸੀਂ ਬੜੇ ਸੋਹਣੇ ਲੱਗ ਰਹੇ ਹੋ। ਨੈਚੁਰਲ ਬਿਊਟੀ ਤਾਂ ਚਲੋ ਹੈ ਹੀ ਹੈ ਤੁਹਾਡੀ, ਪਰ ਅੱਜ ਜਿਹੜਾ ਇੰਨਾ ਸੋਹਣਾ ਮੇਕਅਪ ਤੁਸੀਂ ਕਰਵਾਇਆ, ਕਿਹਨਾਂ ਨੇ ਕੀਤਾ ਤੁਹਾਡਾ ਇੰਨਾ ਸੋਹਣਾ ਮੇਕਓਵਰ ਜੀ? ਇੱਕ ਤਾਂ ਹੁੰਦਾ ਹੈ ਸਾਡੀ ਅੰਦਰਲੀ ਬਿਊਟੀ, ਇੱਕ ਬਾਹਰਲੀ ਬਿਊਟੀ, ਅਤੇ ਕੁਛ ਲੋਕ ਕੁਛ ਆਰਟਿਸਟ ਜਿਹੜੇ ਸਾਡੀ ਬਿਊਟੀ ਨੂੰ ਹੋਰ ਨਿਹਾਰਦੇ ਨੇ। ਮੈਂ ਗੱਲ ਕਰਨਾ ਚਾਹਾਂਗੀ ਚੰਡੀਗੜ੍ਹ ਦੇ ਬਹੁਤ ਹੀ ਵਧੀਆ ਮੇਕਅਪ ਆਰਟਿਸਟ ਸੁਖਮਨੀ ਜੀ, ਜੋ ਕਿ ਸਾਡੇ ਦਰਮਿਆਨ ਪਹੁੰਚੇ ਨੇ, ਔਰ ਮਿਸਿਸ ਪੰਜਾਬ ਦਾ ਮੰਚ ਇਹਨਾਂ ਦਾ ਦਿਲ ਖੋਲ੍ਹ ਕੇ ਵੈਲਕਮ ਕਰਦਾ ਹੈ ਜੀ। ਪਲੀਜ਼ ਵੈਲਕਮ। ਜ਼ੋਰਦਾਰ ਤਾਲੀਆਂ ਦੇ ਨਾਲ ਮਿਸਿਸ ਪੰਜਾਬ ਦੀ ਪੂਰੀ ਟੀਮ ਤੁਹਾਡਾ ਇਸਤਕਬਾਲ ਕਰਦੀ ਹੈ, ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹੈ। ਇਸੇ ਤਰ੍ਹਾਂ ਸਾਡੀ ਟੀਮ ਨਾਲ ਜੁੜੇ ਰਹੋ, ਅਤੇ ਸਾਡੀ ਇਹ ਜਿਹੜੀ ਪਾਰਟੀਸਪੈਂਟਸ ਆਉਣ ਵਾਲੇ ਟਾਈਮ 'ਚ ਇਹਨਾਂ ਦੇ ਚਿਹਰਿਆਂ ਨੂੰ ਵੀ ਹੋਰ ਸੋਹਣਾ ਨਿਖਾਰ ਕੇ ਫਾਈਨਲ ਦੇ ਵਿੱਚ ਪੇਸ਼ ਕਰਨਾ ਤੁਸੀਂ। ਥੈਂਕ ਯੂ ਸੋ ਮੱਚ। So much. It was a great opportunity and I wish all the best to all the participants and good luck. Shukriya. Thank you. Bahut bahut shukriya Sukhmani ji. ਹਾਂਜੀ, ਆਪਣਾ ਇਹ ਰਾਊਂਡ 1 ਦੀ ਇਸੇ ਕੈਟਾਗਰੀ ਨੂੰ ਕੰਟੀਨਿਊ ਕਰਦੇ ਹਾਂ ਔਰ ਬੁਲਾਉਂਦੇ ਹਾਂ ਜੀ ਅਗਲੀ ਪਾਰਟੀਸਪੈਂਟ ਜਸਮੀਨ ਨੂੰ, ਟੈਗ ਨੰਬਰ 812। ਇੱਕ ਬਹੁਤ ਪਿਆਰਾ ਫਲਾਵਰ ਹੈ, ਜ਼ੋਰਦਾਰ ਤਾਲੀਆਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਜੈਸਮੀਨ ਹੈ ਔਰ ਮੈਂ ਮਲੇਰਕੋਟਲਾ ਤੋਂ ਬਿਲੋਂਗ ਕਰਦੀ ਹਾਂ, ਔਰ ਮੈਂ ਮੋਹਾਲੀ ਵਿੱਚ ਮੇਰਾ ਵਿਆਹ ਹੋਇਆ ਪਿਆ ਔਰ ਰੀਸੈਂਟ ਅਸੀਂ ਕੈਨੇਡਾ ਵਿੱਚ ਰਹਿ ਰਹੇ ਹਾਂ, ਅਤੇ ਮੈਂ ਇੱਥੇ ਆਉਣ ਦੇ ਲਈ ਆਪਣੀ ਫਲਾਈਟ ਮਿਸ ਕਰਵਾਈ ਹੈ ਆਪਣੇ ਹਸਬੈਂਡ ਨੂੰ ਕਹਿ ਕੇ। ਥੈਂਕ ਯੂ ਸੋ ਮੱਚ। ਉਹ ਇੱਥੇ ਹੀ ਹੈ, ਉਹਨਾਂ ਨੇ 6 ਨੂੰ ਉਹਨਾਂ ਦੀ ਫਲਾਈਟ ਸੀਗੀ, ਬਟ ਮੈਨੇ ਕਿਹਾ ਕਿ ਨਹੀਂ ਮੈਂ ਇੱਥੇ ਜਾਣਾ, ਅਤੇ ਉਹਨਾਂ ਨੂੰ ਮੈਂ ਡਿਲੇ ਕਰਵਾਈ। ਥੈਂਕ ਯੂ ਸੋ ਮੱਚ। ਐਂਡ ਮੈਂ ਇਸਦੇ ਨਾਲ ਹੀ ਮੈਂ ਥੈਂਕਸ ਕਰਦੀ ਹਾਂ ਪਰਮਿੰਦਰ ਜੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ, ਅਤੇ ਥੈਂਕ ਯੂ ਸੋ ਮੱਚ। ਇਸ ਤੋਂ ਇਲਾਵਾ ਮੇਰੀ ਫੈਮਿਲੀ ਵਿੱਚ ਮੇਰੇ ਹਸਬੈਂਡ, ਮੇਰੇ 2 ਬੱਚੇ, 2 ਬੇਟੇ, ਔਰ ਇੱਕ ਦੀ ਉਮਰ ਹੈ 14 ਸਾਲ, ਇੱਕ ਹੈ 7 ਸਾਲ ਦਾ, ਅਤੇ ਬਾਕੀ ਮੇਰੀ ਹੋਬੀਜ਼ ਨੇ ਸਿੰਗਿੰਗ ਅਤੇ ਪਲੇਇੰਗ ਵਿਦ ਕਿਡਸ, ਬੱਚਿਆਂ ਨਾਲ ਖੇਡਣਾ ਮੈਨੂੰ ਬਹੁਤ ਪਸੰਦ ਹੈ ਜੀ। ਥੈਂਕ ਯੂ ਜੈਸਮੀਨ ਜੀ। ਹਾਂਜੀ, ਤੁਸੀਂ ਕੈਨੇਡਾ ਕਿਹੜੀ ਜਗ੍ਹਾ ਰਹਿੰਦੇ ਹੋ? ਅਸੀਂ ਜੀ ਵੈਨਕੂਵਰ ਸਰੀ। ਓਕੇ, ਤੁਸੀਂ ਸਿਰਫ ਆਡੀਸ਼ਨਸ ਲਈ ਰੁਕੇ ਸੀਗੇ? ਹਾਂਜੀ, ਆਡੀਸ਼ਨ ਲਈ ਰੁਕੇ ਸੀ। ਤੁਸੀਂ ਸਿਲੈਕਟ ਹੋ ਜਾਂਦੇ ਫਿਰ ਤੁਸੀਂ ਸੈਮੀਫਾਈਨਲ ਲਈ ਵੀ ਰੁਕੋਗੇ? ਹਾਂਜੀ, ਮੈਂ ਤਾਂ ਉੱਠ ਕੇ ਆ ਜਾਵਾਂਗੀ ਜੀ। ਤੁਸੀਂ ਉੱਠ ਕੇ ਆ ਜਾਓ। ਮੈਂ ਰੁਕ ਜਾਵਾਂਗੀ ਜੀ। ਜੀ ਥੈਂਕ ਯੂ। ਤੁਸੀਂ ਸੋਹਣੇ ਲੱਗ ਰਹੇ ਹੋ। ਥੈਂਕ ਯੂ ਸੋ ਮੱਚ। ਓਕੇ, ਤੁਸੀਂ ਜਿੱਦਾਂ ਬਾਹਰ ਕੈਨੇਡਾ ਰਹਿੰਦੇ ਹੋ ਅਤੇ ਤੁਸੀਂ ਪੰਜਾਬ 'ਚ ਕਿੰਨੀ ਕਿੰਨੀ ਦੇਰ ਬਾਅਦ ਆ ਜਾਂਦੇ ਹੋ ਪੰਜਾਬ? ਐਕਚੁਅਲੀ ਮੈਡਮ, ਸਾਨੂੰ ਜ਼ਿਆਦਾ ਦੇਰ ਨਹੀਂ ਹੋਈ ਹੈ ਗਿਆ ਨੂੰ, ਅਸੀਂ 3-4 ਸਾਲ ਹੀ ਹੋਏ ਗਿਆ ਨੂੰ। ਅੱਛਾ ਜੀ। ਅਤੇ ਸਾਡਾ ਇੱਥੇ ਫਸਟ ਹੈਗਾ, ਬਟ ਮੈਨੂੰ ਇਹ ਸੀਗਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਇੱਥੇ ਨਿਕਾਲਾਂ,
ਓਕੇ ਤੁਸੀਂ ਜਾਣ ਤੋਂ ਬਾਅਦ ਇਸ ਵਾਰ ਪਹਿਲੀ ਵਾਰ ਆਏ ਹੋ? ਹਾਂਜੀ ਪਹਿਲੀ ਵਾਰ ਆਇਆ ਅਤੇ ਕਿਉਂਕਿ ਪਹਿਲਾਂ ਗਏ ਸੈਟਿੰਗ ਦੀ ਥੋੜ੍ਹਾ ਹੁੰਦਾ ਹਰ ਇੱਕ ਨੂੰ, ਹੁਣ ਸਾਡਾ ਇਹ ਹੈਗਾ ਕਿ ਅਸੀਂ ਹਰ ਸਾਲ ਇੱਥੇ ਆਇਆ ਕਰੀਏ। ਤੁਹਾਡਾ ਫੇਸ ਦੇਖ ਕੇ ਨਾ ਮਤਲਬ ਜੇ ਬੰਦੇ ਨੇ ਕਿਸੇ ਨੇ ਹੱਸਣਾ ਨਾ ਵੀ ਹੋਵੇ ਉਹਨੂੰ ਵੀ ਹੱਸ ਆ ਜਾਵੇ, ਮਤਲਬ ਤੁਸੀਂ ਨਾ ਲਾਈਕ ਸਮਾਈਲਿੰਗ ਫੇਸ, ਤੁਹਾਡਾ ਮੂੰਹ ਚਿਹਰਾ ਹੱਸ, ਹਾਂ ਪੋਜ਼ਿਟਿਵ ਲੈ ਕੇ ਜਾਇਓ ਇਸ ਚੀਜ਼ ਨੂੰ, ਮਤਲਬ ਹੱਸਦਾ ਹੋਇਆ ਚਿਹਰਾ ਕਹਿੰਦੇ ਆ ਨਾ ਕਿ ਅੱਖਾਂ ਹੱਸਦੀਆਂ, ਇੱਕ ਦੇਖ ਕੇ ਸਾਹਮਣੇ ਵਾਲੇ ਬੰਦੇ ਨੂੰ ਖੁਸ਼ੀ ਹੁੰਦੀ ਹੈ, ਅਤੇ ਕੰਪਲੀਮੈਂਟ ਸੀਗਾ ਤੁਹਾਡੇ ਵਾਸਤੇ। ਥੈਂਕ ਯੂ ਸੋ ਮਚ ਮੈਮ। ਅਤੇ ਜਿਵੇਂ ਹੁਣ ਤੁਸੀਂ ਕੈਨੇਡਾ 'ਚ ਵੀ ਰਹਿ ਰਹੇ ਹੋ, ਮੰਨ ਲਓ ਤੁਸੀਂ ਮਿਸਿਸ ਪੰਜਾਬ ਦੇ ਵਿੱਚ ਇੱਕ ਅੱਛੇ ਪਲੈਟਫਾਰਮ 'ਤੇ ਅੱਗੇ ਜਾਂਦੇ ਹੋ, ਸੈਮੀਫਾਈਨਲ 'ਚ ਜਾਂਦੇ ਹੋ ਜਾਂ ਹੈ ਨਾ, ਅਤੇ ਤੁਸੀਂ ਕੈਨੇਡਾ ਜਾ ਕੇ ਪੰਜਾਬੀਅਤ ਨੂੰ ਲਾਈਕ ਪ੍ਰਮੋਟ, ਕਿਉਂਕਿ ਤੁਸੀਂ ਓਬਵੀਅਸਲੀ ਜੇ ਤੁਸੀਂ ਕੈਨੇਡਾ ਤੋਂ ਇਹ ਤੁਸੀਂ ਪੰਜਾਬ ਦੁਬਾਰਾ, ਆਈ ਮੀਨ ਕਿ ਤੁਸੀਂ ਦੁਬਾਰਾ ਪੰਜਾਬ ਨਹੀਂ ਰਹੋਗੇ ਆ ਕੇ, ਇਹ ਤਾਂ ਕਲੀਅਰ ਹੀ, ਕਿਉਂਕਿ ਤੁਹਾਡੇ ਹਸਬੈਂਡ ਅਤੇ ਬੱਚੇ ਉੱਥੇ ਨੇ, ਤੁਸੀਂ ਉੱਥੇ ਹੀ ਰਹੋਗੇ ਹੈ ਨਾ। ਹਾਂ, ਅਤੇ ਤੁਸੀਂ ਪੰਜਾਬੀਅਤ ਨੂੰ ਆਪਣੇ ਜ਼ਰੀਏ ਜਦੋਂ ਤੁਸੀਂ ਮਿਸਿਸ ਪੰਜਾਬ ਤੋਂ ਸਿੱਖ ਕੇ ਜਾਓਗੇ, ਪੰਜਾਬੀਅਤ ਨੂੰ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਪ੍ਰਮੋਟ ਕਰਨਾ ਚਾਹੋਗੇ ਆਪਣੇ ਜ਼ਰੀਏ? ਪ੍ਰਮੋਟ ਤਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੇਰੀ ਉੱਥੇ ਇੱਕ ਦੋ ਛੋਟੇ ਛੋਟੇ ਕਿੱਟੀਜ਼ ਚੱਲਦੀਆਂ ਨੇ, ਜਿਹ 'ਚ 15-15 ਮੈਂਬਰਸ ਹੁੰਦੇ ਆ, ਮੇਰਾ ਆਪਣਾ ਫਰੈਂਡ ਸਰਕਲ ਹੈਗਾ, ਅਤੇ ਮੈਂ ਉਹਨਾਂ ਨੂੰ ਜਾ ਕੇ ਦੱਸਾਂਗੀ ਕਿ ਤੁਸੀਂ ਵੀ ਜਾ ਕੇ ਕਰ ਸਕਦੇ ਹੋ ਸਭ ਕੁਛ, ਅਤੇ ਉਸ ਤੋਂ ਬਾਅਦ ਕਿ ਮੈਂ ਆਪਣੀ ਇਸ ਚੀਜ਼ ਨੂੰ ਫੇਸਬੁੱਕ 'ਤੇ ਨਹੀਂ, ਅਸੀਂ ਕਲਚਰ ਨੂੰ ਆਪਣੇ ਸੱਭਿਆਚਾਰ ਨੂੰ ਤੁਸੀਂ ਕਿੱਦਾਂ ਅੱਗੇ ਲੈ ਕੇ ਜਾਓਗੇ ਉੱਥੇ ਵੀ, ਜਿੱਦਾਂ ਪੰਜਾਬੀ ਫੈਮਿਲੀਜ਼ ਨੇ, ਤੁਸੀਂ ਪੰਜਾਬ ਤੋਂ, ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ, ਕਿਉਂਕਿ 3-4 ਸਾਲ ਹੋ ਗਏ ਅਤੇ ਮੈਨੂੰ ਲੱਗਦਾ ਸ਼ਾਇਦ ਬੱਚੇ ਉੱਥੋਂ ਦੇ ਰੰਗ 'ਚ ਰੰਗ ਗਏ ਹੋਣੇ ਥੋੜ੍ਹੇ ਬਹੁਤ, ਹੈ ਨਾ? ਨਹੀਂ ਜੀ, ਬੱਚੇ ਮੇਰੇ ਪੰਜਾਬ ਹੀ ਪਸੰਦ ਕਰਦੇ ਆ, ਹੁਣ ਜਾਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਸ਼ੁਰੂ ਤੋਂ ਇੱਥੇ ਰਹੇ ਹਾਂ। ਅਸਲ 'ਚ ਮੇਰਾ ਸਵਾਲ ਇਹ ਹੈ ਕਿ ਤੁਸੀਂ ਆਪਣੇ ਜ਼ਰੀਏ ਪੰਜਾਬੀਅਤ ਜਾਂ ਪੰਜਾਬੀ ਸੱਭਿਆਚਾਰ ਨੂੰ ਉੱਥੇ ਕਿਸ ਤਰ੍ਹਾਂ, ਜਿਹੜੇ ਪੰਜਾਬੀ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਤੱਕ ਕਿੱਦਾਂ ਪ੍ਰਮੋਟ ਕਰੋਗੇ? ਉੱਥੇ ਜਾ ਕੇ ਮੈਡਮ ਮੇਰੀ ਦਿਲ ਦੀ ਖੁਆਇਸ਼ ਹੈਗੀ ਹੈ ਕਿ ਮੈਂ ਛੋਟੇ ਮੋਟੇ ਇਵੈਂਟਸ ਇਸ ਤਰ੍ਹਾਂ ਕਰਾਂ, ਕਿਉਂਕਿ ਮੈਨੂੰ ਕੁਛ ਨਹੀਂ ਪਤਾ ਜੀ, ਕੋਈ ਕੁਛ ਵੀ ਮਤਲਬ ਕੀ ਹੈ ਕੀ ਨਹੀਂ, ਬਟ ਮੈਂ ਆਪਣੇ ਕਲਚਰ ਨੂੰ ਇਸ ਤਰ੍ਹਾਂ ਦੇ ਛੋਟੇ ਛੋਟੇ, ਜਿਸ ਤਰ੍ਹਾਂ ਤੀਜ ਹੋ ਗਿਆ, ਇਸ ਤਰ੍ਹਾਂ ਦੇ ਆਪਣੇ ਫਰੈਂਡ ਸਰਕਲ ਵਿੱਚ ਛੋਟੇ ਛੋਟੇ ਇਵੈਂਟਸ ਕਰਾਂ, ਜਾਂ ਮੈਨੂੰ ਮੌਕਾ ਮਿਲੇ ਕੋਈ ਇੱਥੋਂ ਕੋਈ ਜਾਵੇ ਅਸੀਂ ਮਿਲ ਕੇ ਕੁਛ ਉੱਥੇ ਕਰੀਏ, ਅਤੇ ਮੈਂ ਇਸ ਤਰ੍ਹਾਂ ਪ੍ਰਮੋਟ ਕਰਨਾ ਚਾਹੁੰਦੀ ਹਾਂ, ਮੇਰੀ ਦਿਲੀ ਖੁਆਇਸ਼। ਪੰਜਾਬ ਦੇ ਸ਼ੋਅ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ, ਤੁਹਾਨੂੰ ਕੀ ਲੱਗਦਾ? ਮੈਨੂੰ ਤਾਂ ਜੀ ਬਹੁਤ ਪਹਿਲੀ ਗੱਲ ਦੀ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਸ ਸਟੇਜ 'ਤੇ ਖੜੀ ਹਾਂ, ਮੇਰੇ ਸਾਹਮਣੇ ਨੇ ਅੱਛੇ ਜੱਜਿਸ ਬੈਠੇ ਹੈ, ਬਾਕੀ ਇਹ ਕਿ ਦੇਖੋ ਸਾਰੇ ਭੈਣਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ, ਠੀਕ ਹੈ। ਤੁਸੀਂ ਕਿੱਥੇ ਦੇਖਦੇ ਹੋ ਆਪਣੇ ਆਪ? ਮੈਨੂੰ ਲੱਗਦਾ ਤੁਸੀਂ ਅੱਜ ਸਿਲੈਕਟ ਹੋ ਜਾਓਗੇ। ਮੇਰਾ ਜੀ ਮੈਨੂੰ ਲੱਗਦਾ ਹੈਗਾ, ਹਾਂਜੀ, ਬਟ ਜੱਜਿਸ ਨੂੰ ਉਹ ਜ਼ਿਆਦਾ ਜਾਣਦੇ ਆ। ਠੀਕ ਹੈ ਜੀ, ਥੈਂਕ ਯੂ ਮੇਰੇ ਵੱਲੋਂ, ਥੈਂਕ ਯੂ ਸੋ ਮੱਚ। ਅੱਛਾ ਤੁਸੀਂ ਖੁਸ਼ ਕਿਵੇਂ ਰਹਿੰਦੇ ਹੋ ਇੰਨਾ, ਮਤਲਬ ਕੀ ਥੋੜ੍ਹੀ ਪੀਆਰ ਹੋ ਗਈ? ਇਮੀਗ੍ਰੇਸ਼ਨ ਕੰਪਨੀ ਚਲਵਾ ਰਹੇ ਉੱਥੇ, ਤੇ ਮੈਨੇ ਇਸੇ ਕਰਕੇ ਕਿਹਾ, ਮੈਂ ਕਿਹਾ ਆਪਾਂ ਇੱਥੇ ਆਵਾਂਗੇ ਕਿਉਂਕਿ ਅਸੀਂ ਦੇਖਿਆ ਕਿ ਕਾਫੀ ਜ਼ਿਆਦਾ ਨਾ ਇਸ ਚੀਜ਼ 'ਚ ਬਹੁਤ ਕੰਮ ਖਰਾਬ ਹੁੰਦਾ, ਅਸੀਂ ਜਵਾਨ ਸਟੂਡੈਂਟ ਬੱਚੇ ਰੁਲਦੇ ਦੇਖੇ ਹਾਂ, ਅਤੇ ਅਸੀਂ ਕਿਹਾ ਮਤਲਬ ਅਸੀਂ ਵੈਲਫੇਅਰ ਦੇ ਤੌਰ 'ਤੇ ਜੋ ਅਸੀਂ ਕੁਛ ਕਰ ਸਕੀਏ ਕਿਸੇ ਲਈ ਗਾਈਡ ਕਰਨਾ ਚਾਹੁੰਦੇ ਹਾਂ। ਚਲੋ ਮੈਂ ਤਾਂ ਹੁਣ ਮਤਲਬ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰ ਲਈ, ਅਤੇ ਮੇਰਾ ਵੀਜ਼ਾ ਲਵਾ ਦਿਓ ਹੈ ਮੜੇ ਕਹਿ ਕੇ, ਪੂਰੀ ਟੀਮ ਦਾ ਬਸ ਪਲੀਜ਼ ਤੁਸੀਂ ਆ ਜਾਓ, ਬਸ ਆਪਾਂ ਉੱਥੇ ਜਾ ਕੇ ਆਪਣਾ ਕਲਚਰ ਸਪੈਡ ਕਰਾਂਗੇ, ਆਪਾਂ ਉੱਥੇ ਹੀ ਆਡੀਸ਼ਨ ਰੱਖ ਲਾਂਗੇ ਨੈਕਸਟ। ਉਹ ਭਾਅ ਜੀ ਵੀ ਖੁਸ਼ ਹੋ ਗਏ ਕੈਨੇਡਾ ਦੇ ਨਾਮ 'ਤੇ, ਭਾਅ ਜੀ ਕਹਿੰਦੇ ਮੈਂ ਵੀ ਟੀਮ 'ਚ ਹੀ ਆਉਣਾ। ਨਹੀਂ ਜੀ ਨਹੀਂ, ਦੇਖਿਆ ਕਰੇਜ਼ ਕਰੇਜ਼ ਕਿੰਨਾ ਕੈਨੇਡੇ ਜਾਣ ਦਾ ਕਰੇਜ਼, ਬਟ ਜੋ ਇੰਡੀਆ ਵਿੱਚ ਹੈਗਾ ਜੀ ਉਹ ਤਾਂ ਇੱਥੇ ਹੀ ਹੈ। ਚਲੋ ਭਾਅ ਜੀ ਬਾਅਦ 'ਚੋਂ ਮਿਲਦੇ ਆਪਾਂ ਹੈ ਇਮੀਗ੍ਰੇਸ਼ਨ ਦੇ ਲੈਵਲ 'ਤੇ, ਅਤੇ ਥੈਂਕ ਯੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਅਤੇ ਇੱਦਾਂ ਹੀ ਹੱਸਦੇ ਰਹੋ, ਇੱਦਾਂ ਹੀ ਪੋਜ਼ਿਟਿਵ ਵਾਈਬਸ ਲੋਕਾਂ ਨੂੰ। ਮੇਰੀ ਇੱਕ ਰਿਕੁਐਸਟ ਹੈ ਸਾਰੇ ਕੋਲੋਂ, ਜਦੋਂ ਵੀ ਤੁਹਾਡੀ ਵਿੱਚ ਜੂਰੀ 'ਚ ਕੋਈ ਵੀ ਮੈਂਬਰ ਉੱਥੇ ਹੈਗਾ, ਪਲੀਜ਼ ਸਾਨੂੰ ਮਿਲ ਕੇ ਜ਼ਰੂਰ ਜਾਇਓ, ਆਪਾਂ ਉੱਥੇ ਕੋਈ ਇਵੈਂਟ ਕਰਾਂਗੇ। ਆਣਾ ਨਹੀਂ ਤੁਸੀਂ ਲੈ ਕੇ ਜਾਣਾ ਸਾਨੂੰ? ਚਲ ਮੈਂ ਤਾਂ ਅੱਜ ਹੀ ਥੋੜੀ ਵੀਜ਼ਾ ਲਗਵਾ ਦਿੰਦੀ ਹਾਂ, ਮੈਨੂੰ ਡਾਕੂਮੈਂਟ ਦੱਸਿਓ ਆ ਕੇ ਮੈਡਮ ਸਟੇਜ 'ਤੇ। ਨਹੀਂ ਠੀਕ ਹੈ ਜੀ, ਠੀਕ ਹੈ, ਲਾਈਵ ਚੱਲਦਾ ਉਹ ਕਹਿੰਦਾ ਕੈਨੇਡਾ ਬਾਰੇ ਪਹਿਲਾਂ ਬੋਲੀ ਗਿਆ, ਹੁਣ ਆਪ ਜਾ ਘੁੰਮਣ ਨਹੀਂ ਜਾਣਾ ਮੈਂ ਅਦਰਵਾਈਜ਼। ਨਹੀਂ ਜੀ, ਥੋੜੀ ਸਿਸਟਰ ਦਾ ਉੱਥੇ ਘਰ ਹੈਗਾ ਏ। ਮੇਰਾ ਇੱਕ ਮੈਨੂੰ ਬਹੁਤ ਅੱਛਾ ਲੱਗੇਗਾ ਕਿ ਜੀ ਅੱਜ, ਕਿਉਂਕਿ ਨਾ ਅੱਛਾ ਲੱਗਦਾ ਜਦੋਂ ਪੰਜਾਬੀ ਕੋਈ ਨਾਲ ਜੁੜਦਾ ਆਪਣੇ, ਹੈ ਨਾ, ਬਹੁਤ ਵਧੀਆ ਲੱਗਦਾ। ਜੋ ਤੁਸੀਂ ਉੱਥੇ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਵੈਲਿਊ ਕੀ ਨੇ ਫਰੈਂਡਸ ਦੀਆਂ, ਕਲਚਰ ਦੀਆਂ। ਨੰਬਰ ਲੈਣ ਲਈ ਤਾਂ ਨਹੀਂ ਬੋਲ ਰਹੇ? ਨਹੀਂ ਡੀਅਰ, ਨਹੀਂ ਥੈਂਕ ਯੂ, ਮੈਨੂੰ ਕੁਛ ਜ਼ਰੂਰਤ ਨਹੀਂ, ਬਟ ਮੈਨੂੰ ਅੱਛਾ ਲੱਗਦਾ ਕਿ ਮੈਂ ਤੁਹਾਡੇ ਨਾਲ ਰੂਬਰੂ ਹੋਈ, ਠੀਕ ਹੈ ਜੀ। ਕੀ ਅੱਛਾ, ਮੈਂ ਤੁਹਾਨੂੰ ਇੱਕ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਆਪਣੀ ਫਲਾਈਟ ਮਿਸ ਕਰਕੇ ਇਸ ਪੰਜਾਬ ਮਿਸਿਸ ਪੰਜਾਬ 2019 ਦੇ ਵਿੱਚ ਪਾਰਟੀਸਪੇਟ ਕਰ ਲਈ ਆਏ, ਹੈ ਨਾ, ਵੱਡੀ ਗੱਲ ਆ, ਅਤੇ ਤੁਹਾਡੇ ਹਸਬੈਂਡ ਦੀ ਸਪੋਰਟ ਆ, ਤੁਹਾਡੀ ਫੈਮਿਲੀ ਦੀ ਸਪੋਰਟ ਆ। ਅੱਛਾ, ਬਹੁਤ ਸਾਰੀਆਂ
ਕਿਸੇ ਕਾਰਨ ਬਿਨਾਂ ਸਪੋਰਟ ਕਰਕੇ ਉਹ ਇਸ ਮੰਚ 'ਤੇ ਨਹੀਂ ਆ ਸਕੀਆਂ, ਹੈ ਨਾ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਦੀ ਫੈਮਿਲੀਜ਼ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਰੋਕਦੇ ਨੇ ਆਪਣੀਆਂ ਵਾਈਫਸ ਨੂੰ ਜਾਂ ਆਪਣੀਆਂ ਉਹਨਾਂ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਕਿ ਉਹ ਅੱਗੇ ਨਹੀਂ ਵਧਣ? ਉਹਨਾਂ ਦੇ ਲਈ ਤਾਂ ਜੀ ਮੈਂ ਇੱਕੋ ਹੀ ਮੈਸੇਜ ਦੇਵਾਂਗੀ ਕਿ ਜਿੰਨਾ ਤੁਸੀਂ ਮਤਲਬ ਅਗਰ ਲੜਕੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓਗੇ, ਚਾਹੇ ਆਪਣੀ ਕੋਈ ਧੀ ਹੈ ਚਾਹੇ ਕੋਈ ਆਪਣੀ ਨੂੰਹ ਹੈ, ਠੀਕ ਹੈ ਜੀ, ਉਹ ਤੁਹਾਡਾ ਨਾਮ ਉੱਚਾ ਕਰੇਗੀ ਹੀ ਕਰੇਗੀ, ਕਿਉਂਕਿ ਅੱਜ ਦੇ ਦੌਰ ਵਿੱਚ ਲੜਕੀਆਂ ਇੰਨੀਆਂ ਜ਼ਿਆਦਾ ਅੱਗੇ ਵੱਧ ਗਈਆਂ ਨੇ। ਤੁਸੀਂ ਦੇਖੋ ਮਤਲਬ ਕਿ ਹਰ ਇੱਕ ਪ੍ਰੋਫੈਸ਼ਨਲ ਕੀ ਹਰ ਇੱਕ ਫੀਲਡ ਵਿੱਚ ਲੜਕੀਆਂ ਅੱਗੇ ਹੈ, ਠੀਕ ਹੈ ਨਾ। ਫਿਰ ਇਹ ਸ਼ੌਕ ਨੇ, ਇੱਕ ਹਾਊਸ ਵਾਈਫ ਵੀ ਹੋ ਸਕਦੀ ਹੈ, ਉਹ ਦੂਸਰੀ ਵਰਕਿੰਗ ਵੀ ਹੋ ਸਕਦੀ ਹੈ, ਠੀਕ ਹੈ ਨਾ। ਹਰ ਇੱਕ ਨੂੰ ਇਹ ਮਤਲਬ ਹੱਕ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਸਾਕਾਰ ਕਰੇ। ਸਪੋਰਟ ਤਾਂ ਦੇਖੋ ਕਈ ਵਾਰ ਮਿਲਦੀ ਵੀ ਹੈ, ਕਈ ਵਾਰ ਨਹੀਂ ਵੀ ਮਿਲਦੀ, ਠੀਕ ਹੈ, ਬਟ ਅਗਰ ਤੁਹਾਡੇ ਵਿੱਚ ਜਜ਼ਬਾ ਹੈ, ਪੈਸ਼ਨ ਹੈ, ਤਾਂ ਤੁਸੀਂ ਕਰ ਸਕਦੇ ਹੋ। ਇਹ ਨਾ ਦੇਖੋ ਕਿ ਤੁਹਾਡੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਤੁਹਾਨੂੰ ਉਹ ਅੜਕਾਂ ਲੱਗ ਰਹੀਆਂ ਨੇ, ਅਗਰ ਤੁਹਾਡੀ ਪੈਸ਼ਨ ਹੈ ਤੁਹਾਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਥੈਂਕ ਯੂ, ਥੈਂਕ ਯੂ ਸੋ ਮੱਚ। ਮੈਂ ਇੱਕ ਚੀਜ਼ ਕਹਿਣੀ ਹੈ ਕਿ ਕੁਐਸ਼ਨਿੰਗ ਤਾਂ ਚਲੋ ਬਹੁਤ ਹੋ ਗਈ, ਹੈ ਨਾ, ਇੱਕ ਵਰਡ ਹੁੰਦਾ ਹੈ ਖਿੜਵਾਂ ਮੱਥਾ, ਹੈ ਨਾ, ਉੱਥੇ ਮੈਂ ਤੁਹਾਨੂੰ ਡਿਫਾਈਨ ਕਰਨਾ ਚਾਹੂੰਗੀ, ਮਤਲਬ ਕਿ ਆਪਣੀ ਪੋਜ਼ਿਟਿਵ ਵਾਈਬਸ, ਹੈ ਨਾ, ਆਪਣੀ ਪੋਜ਼ਿਟਿਵਿਟੀ ਇੱਦਾਂ ਹੀ ਰੱਖਿਓ ਮੇਨਟੇਨ, ਅਤੇ ਹੋਰਾਂ ਨੂੰ ਵੀ ਆਪਣੀ ਪੋਜ਼ਿਟਿਵਿਟੀ ਦਿਓ। ਥੈਂਕ ਯੂ ਸੋ ਮੱਚ ਮੈਮ, ਥੈਂਕ ਯੂ। ਜੈਸਮੀਨ, ਇਹਨਾਂ ਦੇ ਚਿਹਰੇ ਤੋਂ ਮੈਨੂੰ ਗੁਰਦਾਸ ਮਾਨ ਜੀ ਦੀ ਇੱਕ ਲਾਈਨ ਯਾਦ ਆ ਗਈ ਹੈ ਕਿ ਲੋਕੀ ਬੁੱਲੀਆਂ ਤੋਂ ਹੱਸਦੇ ਨੇ, ਵੇ ਮੈਂ ਅੱਖੀਆਂ 'ਚ ਹੱਸਦੀ ਹਾਂ। ਬਹੁਤ ਸਮਾਈਲਿੰਗ ਫੇਸ, ਹੱਸਦਾ ਚਿਹਰਾ, ਜੈਸਮੀਨ ਕੌਰ।